ਸਰ ਇੰਡੀਆ ਡੈਮੋਕ੍ਰੈਟਿਕ ਰਿਹਾ ਹੀ ਨਹੀਂ, ਇੰਡੀਆ ਬੀਜੇਪੀ ਸਰਕਾਰ ਬਾਕੀ ਸਰਕਾਰ ਮਿਲ ਕੇ ਇਹਨੂੰ ਇੱਕ ਡਿਕਟੇਟਰਸ਼ਿਪ ਨਾਲ ਚਲਾ ਰਹੀ ਹੈ। ਠੀਕ ਹੈ, ਕਿਸਾਨਾਂ ਨੂੰ ਮਤਲਬ ਰੋਕਣਾ ਚਾਹੁੰਦੇ ਸੀ, ਰੋਕ ਲਿਆ। 1200 ਕਰੋੜ ਦਾ ਘਪਲਾ ਹੈ ਇੰਡੀਆ 'ਚ, ਕਿਹਦੇ ਉੱਤੇ? ਇਲੈਕਸ਼ਨ ਉੱਤੇ। ਮੇਰ ਮੰਗ ਸਾਡੀ ਤਾਂ ਕੋਈ ਪੂਰੀ ਕਰੀ ਹੋਣੀ ਜੀ, ਸਾਨੂੰ ਤਾਂ ਸੜਕਾਂ ਦੀ ਬਿਠਾਏ ਰੱਖੇ ਨੇ ਸਰਕਾਰਾਂ ਨੇ। 70 ਸਾਲ ਕਾਂਗਰਸ ਅਤੇ ਅਕਾਲੀਆਂ ਨੇ ਰਾਜ ਕੀਤਾ, ਕੁਛ ਨਹੀਂ ਕੀਤਾ ਜੀ। ਮਾਨ ਸਰਕਾਰ ਨੇ 2 ਸਾਲ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ। ਸਾਡਾ 2 ਵਾਰੀ ਮੁੱਖ ਮੰਤਰੀ ਹੈਗਾ ਜੀ ਕੈਪਟਨ ਅਮਰਿੰਦਰ, 4 ਵਾਰੀ ਐਮ ਪੀ ਰਹਿ ਲਈ, ਸੈਂਟਰ 'ਚ ਵੀ ਮਿਨਿਸਟਰ ਰਹਿ ਲਈ, ਪੰਜਾਬ ਪਟਿਆਲੇ ਦੀ ਕੁਛ ਵੀ ਨਹੀਂ ਕੀਤਾ ਜੀ ਇਹਨਾਂ ਨੇ। 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਿਤਾਇਆ ਸੀ ਜੀ, ਹੁਣ ਉਹਨਾਂ ਦੇ ਵਿਰੋਧ 'ਚ। ਸਰ ਸੜਕਾਂ ਬਣਾਈਆਂ ਨੇ, ਸੜਕਾਂ ਦੇ ਸਾਰਿਆਂ ਦਾ ਟੋਲ ਲਾਤੇ ਜੀ, ਕੰਪਨੀਆਂ ਚਲਾ ਰਹੀਆਂ ਨੇ ਉਹਨਾਂ ਨੂੰ। ਅਕਾਲੀ ਦਲ ਨੇ ਕੀ ਕੀਤਾ ਜੀ? ਕਹਿੰਦੇ ਕਾਂਗਰਸ ਸਰਕਾਰ ਦੇ ਵਿੱਚ ਦੇਖੋ ਨਸ਼ਾ ਪੂਰਾ ਆਇਆ ਕਾਂਗਰਸ ਲੈ ਕੇ ਆਈ, ਉਸ ਤੋਂ ਪਹਿਲਾਂ ਅਕਾਲੀ ਦਲ ਵਾਲੇ ਕਹਿੰਦੇ ਇਹ ਕਹਿੰਦੇ ਨੇ, ਹੁਣ ਇਹ ਕਹਿੰਦੇ ਅਸੀਂ ਖਤਮ ਕਰਾਂਗੇ, ਹੁਣ 2.5 ਸਾਲ ਇਹਨਾਂ ਨੂੰ ਹੋ ਗਏ, ਇਹਨਾਂ ਤੋਂ ਨਹੀਂ ਖਤਮ ਹੋਇਆ। ਕਿ 5 ਦਰਿਆ ਪੰਜਾਬ 'ਚ ਵਗਦੇ ਆ, 6ਵਾਂ ਅਕਾਲੀ ਦਲ ਨੇ ਵਗਾ ਦਿੱਤਾ ਨਸ਼ੇ ਦਾ, ਬੇਅਦਬੀਆਂ ਦਾ ਐਸਾ ਦੌਰ ਇਹਨਾਂ ਨੇ ਚਲਾਇਆ। ਬੀਜੇਪੀ ਜਿਹਨੇ 700 ਕਿਸਾਨਾਂ ਨੂੰ ਸ਼ਹੀਦ ਕੀਤਾ, ਉਸ ਪਾਰਟੀ ਦੇ ਪੈਰ ਪੰਜਾਬ ਦੇ ਵਿੱਚ ਲਵਾਏ ਇਹਨਾਂ ਨੇ। ਪੰਜਾਬ ਯਾਤਰਾ ਕੱਢ ਰਹੇ, ਪਹਿਲਾਂ ਪੰਜਾਬ ਦਾ ਬੇੜਾ ਗਰਕ ਕਰ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚੜ੍ਹਦੀ ਕਲਾ ਟਾਈਮ ਟੀਵੀ ਤੁਹਾਡਾ ਸਵਾਗਤ ਹੈ। ਜਨਤਾ ਦੀ ਆਵਾਜ਼ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸੰਗਰੂਰ ਵਿਖੇ, ਜਿੱਥੇ ਕਿ ਵੱਖ ਵੱਖ ਪਾਰਟੀਆਂ ਜਿਹੜੇ ਨੁਮਾਇੰਦੇ ਨੇ ਉੱਥੇ ਮੌਜੂਦ ਨੇ, ਕਿਉਂਕਿ ਚੋਣਾਂ ਦਾ ਮਾਹੌਲ ਜਿਹੜਾ ਉਹ ਭਖਿਆ ਹੋਇਆ ਹੈ, ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਚਾਰ ਆ ਉਹ ਲਗਾਤਾਰ ਚੱਲ ਰਿਹਾ। ਸੰਗਰੂਰ ਹਲਕੇ ਦੇ ਕੀ ਮੁੱਦੇ ਨੇ, ਅਸੀਂ ਉਹ ਵੀ ਜਿਹੜਾ ਲੋਕਾਂ ਨੂੰ ਜਿਹੜਾ ਦੱਸਾਂਗੇ। ਸੋ ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਦੀ, ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰੀਏ। ਇੱਥੋਂ ਵੱਖ ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ 'ਚ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ, ਕਾਂਗਰਸ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਚਾਹੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ 'ਚ ਨੇ। ਇਸ ਤੋਂ ਇਲਾਵਾ ਕੁਝ ਉਮੀਦਵਾਰ ਆਜ਼ਾਦ ਤੌਰ 'ਤੇ ਵੀ ਚੋਣ ਮੈਦਾਨ 'ਚ ਖੜ੍ਹੇ ਨੇ, ਬਹੁਜਨ ਸਮਾਜ ਪਾਰਟੀ ਵੱਲੋਂ ਵੀ ਜਿਹੜੇ ਉਮੀਦਵਾਰ ਹੈ ਚੋਣ ਮੈਦਾਨ 'ਚ ਨੇ। 2022 ਦੇ ਵਿੱਚ ਜ਼ਿਮਨੀ ਚੋਣ ਹੁੰਦੀ ਹੈ ਅਤੇ ਸਿਮਰਤਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣਦੇ ਨੇ, ਸੋ ਉਹਨਾਂ ਦੇ ਨੁਮਾਇੰਦੇ ਮੌਜੂਦ ਨੇ, ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਸਿਮਰਤਜੀਤ ਸਿੰਘ ਮਾਨ ਨੇ ਆਪਣੇ ਜਿਹੜੇ 2 ਸਾਲ ਦਾ ਕਾਰਜਕਾਲ, 1.5 ਸਾਲ ਦਾ ਕਾਰਜ, ਕੀ ਅਜਿਹੇ ਕੰਮ ਕੀਤੇ ਨੇ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਨਹੀਂ ਹੋਏ ਸੀ ਕਦੇ, ਅਤੇ ਉਹ ਜਿਹੜੇ ਸਿਮਰਜੀਤ ਸਿੰਘ ਮਾਨ ਨੇ ਕੀਤੇ? ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਤਾਂ ਸੰਗਰੂਰ ਹਲਕੇ ਦੀ ਕਾਇਆਕਲਪ ਕਰਤੀ ਹੈ। ਸਭ ਤੋਂ ਪਹਿਲੀ ਗੱਲ ਕਿ ਦੇਸ਼ ਦਾ ਪਹਿਲਾ ਐਸਾ ਸ਼ਹਿਰ ਬਣਨ ਜਾ ਰਿਹਾ ਕਿ ਜਿੱਥੇ ਕੋਈ ਵੀ ਤਾਰ, ਬਿਜਲੀ ਦੀ ਤਾਰ, ਜਿਸ 'ਚ ਕਿ ਕਈ ਵਾਰੀ ਬੱਚਿਆਂ ਨੂੰ ਕਰੰਟ ਲੱਗ ਜਾਂਦਾ ਸੀ ਜਾਂ ਕਿਸੇ ਨੂੰ ਕਰੰਟ ਲੱਗ ਜਾਂਦਾ ਜਾਂ ਕੋਈ JCB ਲੈ ਕੇ ਕੰਮ ਕਰਦਾ ਸੀ, ਦੇਸ਼ ਦਾ ਪਹਿਲਾ ਐਸਾ ਸ਼ਹਿਰ ਬਣਨ ਜਾ ਰਿਹਾ ਕਿ ਜਿਹਦੀ ਸਾਰੀ ਵਾਇਰਿੰਗ ਅੰਡਰਗਰਾਊਂਡ ਹੋਏਗੀ। ਤੁਹਾਨੂੰ 2025 ਦੇ ਵਿੱਚ ਇੱਕ ਵੀ ਤਾਰ ਬਾਹਰ ਨਜ਼ਰ ਨਹੀਂ ਆਏਗੀ, ਇਕੱਲੇ ਸੰਗਰੂਰ ਸ਼ਹਿਰ ਦੇ ਵਿੱਚ ਜਾਂ ਪੂਰੇ ਹਲਕੇ 'ਚ? 2025 ਤੱਕ ਟੋਟਲ ਅੰਡਰਗਰਾਊਂਡ ਵਾਇਰਿੰਗ ਹੋਣੀ ਹੈ ਸ਼ਹਿਰ ਦੀ। ਉਸ ਤੋਂ ਬਾਅਦ ਦੇਖੋ ਇਹ ਪ੍ਰੋਜੈਕਟ ਵੱਡੇ ਨੇ, 281 ਕਰੋੜ ਰੁਪਏ ਦਾ ਪ੍ਰੋਜੈਕਟ ਹੈ, ਬਿਜਲੀ ਮਹਿਕਮੇ ਦਿੱਤਾ ਗਿਆ 281 ਕਰੋੜ ਰੁਪਏ ਦਾ ਪ੍ਰੋਜੈਕਟ। ਇਹ ਕਿਹੜੇ ਸੰਗਰੂਰ ਪਾਰਲੀਮੈਂਟ ਹਲਕੇ ਦਾ ਫਿਲਹਾਲ ਪਾਸ ਹੋਇਆ, ਜੋ ਫਿਲਹਾਲ ਪਾਸ ਹੋਇਆ ਹਲਕੇ ਦਾ ਦੇਖੋ ਜੀ, ਹਾਲੇ ਤੱਕ ਤਾਂ ਜਿਹੜੇ ਇਹਨਾਂ ਨੇ ਕਿਹਾ ਵੀ ਆਹ ਤਾਰ ਤੂਰਾ ਜਿਹੜੇ ਅੰਡਰਗਰਾਊਂਡ ਜਿਹੜਾ ਕੁਛ, ਹਾਲੇ ਤੱਕ ਤਾਂ ਸਾਨੂੰ ਕੁਛ ਵੀ ਨਹੀਂ ਦਿਖ ਰਿਹਾ। ਠੀਕ ਹੈ ਨਾ ਜੀ, ਦੇਖੋ 1.5 ਸਾਲ ਉਹ MP ਰਹੇ ਨੇ, ਨਾ ਉਹਨਾਂ ਦੀ ਅਸੀਂ ਪਾਰਲੀਮੈਂਟ ਦੇ ਵਿੱਚ ਕੋਈ ਸਵਾਲ ਜਵਾਬ ਕਰਦੇ ਹੋਏ ਜਾਂ ਸੰਗਰੂਰ ਦੀ ਕੋਈ ਗੱਲ ਰੱਖਦੇ ਹੋਏ ਅਸੀਂ ਤਾਂ ਕਦੇ ਦੇਖਿਆ। ਠੀਕ ਹੈ ਨਾ ਜੀ, ਬਿਲਕੁਲ ਨਹੀਂ ਦੇਖਿਆ ਹੈਗਾ। ਅਸੀਂ ਤਾਂ ਵੀ ਸਾਨੂੰ ਤਾਂ ਕੋਈ ਕੰਮ ਚਾਹੀਦਾ ਵੀ ਸੰਗਰੂਰ ਦੇ ਵਿੱਚ। ਦੇਖੋ ਜਿਹੜੀ ਸਿਟਿੰਗ MLA ਨਾ ਉਹਨੇ ਕੋਈ ਕੰਮ ਕੀਤਾ,
ਨਾ ਜਿੱਤਣ ਤੋਂ ਬਾਅਦ ਇੱਕ ਵਾਰੀ ਵੀ ਉਹ ਧੰਨਵਾਦ ਕਰ ਰਹੀ ਹੈ, ਨਾ ਉਹਨੇ ਕੋਈ ਸਰੂਰ ਦੇ ਵਿੱਚ ਕੰਮ ਕੀਤਾ, ਇੱਕ ਵੀ ਕੰਮ ਦਿਖਾ ਦਿਓ। ਸ਼ਹਿਰ ਦੇ ਵਿੱਚ ਸਾਰਿਆਂ ਨਾਲੋਂ ਮੇਨ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਸਾਡੇ ਮੁਹੱਲੇ ਨੇ ਗੇ, ਪਹਿਲਾਂ 27 ਵਾਰ ਸੀ, ਫਿਰ 29 ਵਾਰ ਹੋ ਗਏ ਸੀਗੇ ਜੀ। ਇਹ ਜਿਹੜੀ ਸਾਰਿਆਂ ਨਾਲੋਂ ਵੱਡੀ ਸਮੱਸਿਆ ਹੈਗੀ ਪੀਣ ਵਾਲੇ ਪਾਣੀ ਦੀ ਹੈ ਜੀ, ਫਿਰ ਸੀਵਰ ਦੀ ਹੈਗੀ, ਲਾਈਟਾਂ ਟੁੱਟੀਆਂ ਹੋਈਆਂ, ਗਲੀਆਂ ਨਾਲੀਆਂ, ਇਹ ਤਾਂ ਇੱਕ MC ਦਾ ਕੰਮ ਨੇ। ਜਿਹੜਾ ਇੱਕ MLA ਹੋਵੇ, ਜਿਹੜਾ ਇੱਕ ਵਿਧਾਇਕ ਹੋਵੇ, ਉਹਦੇ ਕੀ ਕਾਰਗੁਜ਼ਾਰੀ ਆ? ਉਹਨਾਂ ਦੀ ਕਾਰਗੁਜ਼ਾਰੀ ਇੱਕ ਮੈਂ ਤੁਹਾਨੂੰ ਦੱਸਣੀ ਚਾਹੁੰਦਾਗਾ ਕਿ ਸਾਡੇ ਨਰਿੰਦਰ ਕੌਰ ਭਰਾ ਜੀ ਨੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਉਹਨਾਂ ਨੇ ਨੀਂਹ ਪੱਥਰ ਰੱਖੇ ਨੇਗੇ 5 ਕਿਲੋ, ਤੁਸੀਂ ਦਿਖਾਈ ਜਾਓ, ਹਾਂਜੀ 5 ਕਿਲੋ ਲੱਡੂ ਉਹਨਾਂ ਨੇ ਦੋ ਦੋ ਇੱਟਾਂ ਦੇ ਖੰਭਣੀਆਂ ਮੰਨ ਕੇ ਰੱਖ ਕੇ ਖਰਾਬ ਕਰਤੇ, ਪਰ ਕੰਮ ਕਿਤੇ ਸ਼ੁਰੂ ਨਹੀਂ ਹੋਇਆ। ਹੁਣ ਮੈਂ ਦੱਸਣਾ ਚਾਹੁੰਦਾ, ਅਜੀਤ ਨਗਰ ਦੇ ਵਿੱਚ ਜਿਹੜਾ ਸਾਡਾ ਪਾਰਕ ਹੈਗਾ, ਉਹਦੇ ਲਈ ਇਹਨਾਂ ਨੇ ਨੀਂਹ ਪੱਥਰ ਰੱਖਿਆ ਸੀਗਾ ਜੀ 11 ਮਾਰਚ ਨੂੰ, ਚੋਣ ਜਾਬਤਾ ਨਹੀਂ ਲੱਗਿਆ ਸੀ। ਕਹਿੰਦਾ ਤੁਹਾਡਾ ਕੰਮ ਸ਼ੁਰੂ ਕਰਤਾ ਜੀ, ਉੱਥੇ ਲੱਡੂ ਵੰਡ ਤੇ ਉੱਥੇ ਸਾਰਿਆਂ ਨੂੰ ਮਤਲਬ ਉਹ ਕਰਤਾ, ਖੁਸ਼ ਕਰਤਾ ਸਲਾਮੇ ਏਰੀਏ ਨੇ, ਗਰੀਬ ਪਰਿਵਾਰ ਆ, ਸਾਡੇ ਨਾਲ ਮਜ਼ਾਕ ਕੀਤਾ ਗਿਆ, ਧੋਖਾ ਕੀਤਾ ਗਿਆ। ਕਹਿੰਦਾ ਜਿਹੜਾ ਨਸ਼ਾ BJP ਅਦਰ ਸ਼ੈਟਾਂ ਸਾਰਾ ਕਿਤੇ ਵੱਧ ਰਿਹਾ, ਇਹਨਾਂ ਨੇ ਅੱਜ ਸੰਗਰੂਰ ਦੀ ਗੱਲ ਕੀਤੀ ਆ ਬਾਈ, ਕਹਿੰਦਾ ਖਤਮ ਨਹੀਂ ਹੋਊਗਾ, ਕਹਿੰਦਾ ਉੱਪਰ ਧੁਰਨ ਤੱਕ ਚੱਲਦਾ ਕਹਿੰਦਾ ਨਸ਼ਾ, ਤਾਂ ਇੱਥੇ ਜਾ ਕੇ ਕਹਿੰਦਾ ਫਿਰ ਫੈਲ ਜਾਂਦਾ, ਕੀ ਲੱਗਦਾ? ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਜੀ, ਅਦਰ ਸਟੇਟ ਕਿਹੜੀ ਜਿਵੇਂ ਹੈਗਾ ਆਪਣੇ ਹਰਿਆਣੇ 'ਚ, ਦੇਖੋ ਜੀ ਕੋਈ ਨਸ਼ਾ ਨਹੀਂ ਸਪੋਰਟ। ਦੇਖੋ ਆਪਾਂ ਡਾਇਵਰਸੀਫਾਈ ਤਾਂ ਕਰਾਂਗੇ ਨਾ ਜੀ, ਆਪਾਂ ਜੇ ਆਪਾਂ ਨੌਜਵਾਨ ਨੇ ਆਪਣੇ, ਜੇ ਆਪਾਂ ਨੂੰ ਉਹਨਾਂ ਨੂੰ ਕੋਈ ਆਪਾਂ ਦੇਵਾਂਗੇ ਜੀ ਅੱਗੇ ਵਧਣ ਵਾਸਤੇ। ਦੇਖੋ ਆਪਾਂ ਗੇਮਸ ਦੇ ਵਿੱਚ ਹਰਿਆਣਾ ਕਿਤੇ ਪਹੁੰਚ ਗਏ ਜੀ, UP ਕਿੱਥੇ ਚਲੇ ਗਏ ਜੀ, ਅਦਰ ਸਟੇਟ ਜਿਹਦੀ ਤੁਸੀਂ ਗੱਲ ਕਰਦੇ ਹੋ, ਤੇ ਪਹਿਲੀ ਗੱਲ ਤਾਂ ਕੋਈ ਨਸ਼ਾ ਮੈਨੂੰ ਦੱਸ ਤਾਂ ਦਿਓ। ਇੱਥੇ ਡਾਟਾ ਰੋਜ਼ ਆਉਂਦਾ ਹੈ, ਰੋਜ਼ ਮਰਦੇ ਨੇ, ਇਹ ਕਰਨਾ ਕਿਹਨੇ ਸੀ? ਇਹ ਕਹਿੰਦੇ ਕਾਂਗਰਸ ਸਰਕਾਰ ਦੇ ਵਿੱਚ ਦੇਖੋ ਨਸ਼ਾ ਪੂਰਾ ਆਇਆ ਕਾਂਗਰਸ ਲੈ ਕੇ ਆਈ, ਉਸ ਤੋਂ ਪਹਿਲਾਂ ਅਕਾਲੀ ਦਲ ਨਾਲ ਕਹਿੰਦੇ ਇਹ ਕਹਿੰਦੇ ਨੇ, ਹੁਣ ਇਹ ਕਹਿੰਦੇ ਅਸੀਂ ਖਤਮ ਕਰਾਂਗੇ, ਹੁਣ 2.5 ਸਾਲ ਇਹਨਾਂ ਨੂੰ ਹੋ ਗਏ, ਇਹਨਾਂ ਤੋਂ ਨਹੀਂ ਖਤਮ ਹੋਇਆ, ਸਾਡੀ ਸਰਕਾਰ 2027 ਤੇ ਹੈ ਜੀ। ਸੁਣੋ, ਅਸੀਂ ਨਸ਼ਾ ਜਿਵੇਂ ਅਦਰ ਸਟੇਟ 'ਚ ਹੋਇਆ ਨਾ ਜੀ, ਜਾਂ ਇੰਡਸਟਰੀ ਲਈ ਹੈ, ਜਾਂ ਆਪਾਂ ਨੌਜਵਾਨ ਨੂੰ ਜੇ ਕੁਛ ਰੁਜ਼ਗਾਰ ਦੇਵਾਂਗੇ ਨਾ, ਉਹਦਾ ਧਿਆਨ ਉੱਧਰਲੇ ਪਾਸੇ ਜਾਂਦਾ ਨਹੀਂ, ਹੁਣ ਟੇਬਲ ਦੇਵੋਗੇ ਜੀ? ਹੁਣ ਮਾਨ ਸਾਹਿਬ ਨੇ ਦੇਖੋ ਟੇਬਲ ਵੰਡਤੇ, ਇਹ ਟੇਬਲ ਵੰਡਣ ਨਾਲ ਉੱਥੇ ਵਿਹਲਾ ਬੈਠੂ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਜੀ। ਜਿਹੜੇ ਇਹ ਉੱਥੇ ਘੇਰ ਰਹੇ ਨੇ, ਇਹ ਪੋਲੀਟੀਕਲ ਕਾਂਗਰਸ ਦੇ ਅਤੇ ਆਮ ਆਦਮੀ ਪਾਰਟੀ ਦੇਖੋ ਇਕੱਠੇ ਹੋ ਚੁੱਕੇ ਨੇ, ਜੱਫੇ ਇਹਨਾਂ ਦੇ ਇਕੱਠੇ, ਸਾਰਿਆਂ ਨੂੰ ਪਤਾ ਇਹਨਾਂ ਦੇ ਜੋ ਇਹਨਾਂ ਨੇ ਕਰਕੇ ਉੱਥੇ ਜਥੇਬੰਦੀਆਂ ਕਰ ਰਹੀਆਂ ਨੇ। ਦੇਖੋ ਅਸੀਂ ਉਹਨਾਂ ਦਾ ਕਰਦੇ ਹਾਂ, ਜਥੇਬੰਦੀਆਂ ਦਾ ਅਸੀਂ ਕਰਦੇ ਹਾਂ, ਅਸੀਂ ਕਿਸਾਨਾਂ ਦੇ ਨਾਲ ਆ, ਜੇ ਅਸੀਂ ਕਿਸਾਨਾਂ ਦੇ ਨਾਲ ਨਾ ਆਉਂਦੇ, ਅਸੀਂ 6,000 ਰੁਪਏ ਖਾਤੇ 'ਚ ਨਾ ਪਾਉਂਦੇ, 6,000 ਰੁਪਇਆ ਹਰ ਸਾਲ ਆਪਣਾ 4 ਮਹੀਨੇ ਬਾਅਦ ਅਗਰ ਖਾਤੇ ਹਰ ਸਾਲ ਦਾ ਪੈਂਦਾ, 3 ਕਿਸ਼ਤਾਂ 'ਚ ਪੈਂਦਾ ਜੀ, 2-2 ਹਜ਼ਾਰ ਕਰਕੇ, ਔਰ 10 ਕਰੋੜ ਲੋਕਾਂ ਨੂੰ ਉਹਦਾ ਫਾਇਦਾ ਮਿਲ ਰਿਹਾ, 10 ਕਰੋੜ ਛੋਟੇ ਕਿਸਾਨ। ਇਹਨਾਂ ਦੱਸੋ ਕਿਸੇ ਕਿਸਾਨਾਂ ਦਾ ਜਵਾਬ ਦੇਣੀ, ਸਾਡੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੇ, ਜੇ ਸਾਡੀ ਰਾਜਧਾਨੀ ਸਾਨੂੰ ਮੰਨਦੇ ਨੀ, ਸਾਨੂੰ ਦਿੱਲੀ ਨਹੀਂ ਜਾਣ ਸਿੰਗਲ ਇੱਕ ਮਿੰਟ, ਆ ਬਾਈ ਸਾਹਿਬ ਨੂੰ ਨਾ ਆਪਣੇ ਨਾਲ ਮੇਰੇ ਨਾਲ ਚੱਲ ਪਈ, ਮੈਂ ਵਿਦ ਪ੍ਰੂਫ ਡੇਟਾ ਲੈ ਕੇ ਆਊਂਗਾ, ਜਿਹੜਾ 6,000 ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਤਹਿਤ ਜਿਹੜਾ ਪਿਆ ਨਾ, ਮੈਂ ਡੇਟਾ ਦੀ ਗੱਲ ਕਰੂੰਗਾ, ਇਹ ਮੌਕੇ ਗੱਲ। 1 ਜੂਨ ਨੂੰ ਵੋਟਾਂ ਪੈਣੀਆਂ ਨੇ, ਅੱਜ ਅਸੀਂ ਲੋਕ ਸਭਾ ਹਲਕਾ ਪਟਿਆਲਾ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਸਵਾਜਪੁਰ ਪੁੱਜੇ ਹਾਂ, ਇੱਥੇ ਗੱਲ ਕਰਾਂਗੇ, ਅਸੀਂ 7 ਵਜੇ ਪਹੁੰਚੇ ਹਾਂ। ਲੋਕ ਸਭਾ ਹਲਕਾ ਪਟਿਆਲਾ ਦੇ ਕੀ ਮੁੱਦੇ ਰਹਿਣ ਵਾਲੇ ਨੇ, ਜਿਹੜੀਆਂ ਪਹਿਲੀਆਂ ਸਰਕਾਰਾਂ ਲੰਘੀਆਂ ਨੇ ਉਹਨਾਂ ਨੇ ਪਟਿਆਲਾ ਲਈ ਕੀ ਕੀਤਾ, ਅਤੇ ਆਉਣ ਵਾਲੀਆਂ ਜਿਹੜੀ ਸਰਕਾਰ ਹੋਏਗੀ ਉਹਨਾਂ ਤੋਂ ਇਹਦੀ ਕੀ ਮੰਗ ਹੋਏਗੀ? ਕੀ ਤੁਹਾਨੂੰ ਲੱਗਦਾ ਕਿ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ, ਜਿਹੜੀ ਜ਼ਿਲ੍ਹਾ ਪਟਿਆਲਾ ਦੀ ਆਪਾਂ ਗੱਲ ਕਰੀਏ, ਲੋਕ ਸਭਾ ਹਲਕਾ ਪਟਿਆਲਾ ਦੀ, ਕਿਹੜੀ ਤੁਹਾਡੀ ਮੇਨ ਮੰਗ ਹੈ ਜਿਹੜੀ ਸਰਕਾਰ ਨੇ ਪੂਰੀ ਕੀਤੀ ਹੁਣ ਤੱਕ? ਮੇਨ ਮੰਗ ਸਾਡੀ ਤਾਂ ਕੋਈ ਪੂਰੀ ਕਰੀ ਹੋਣੀ ਜੀ, ਸਾਨੂੰ ਤਾਂ ਸੜਕਾਂ ਦੀ ਬਿਠਾ ਰੱਖੇ ਨੇ ਸਰਕਾਰਾਂ ਨੇ।
ਤੁਹਾਡੀ ਮੰਗ ਹੈ ਕੀ ਸੀ ਮੇਨ ਜਿਹੜੀ ਪੂਰੀ? ਸਾਡੀ ਜਿਹੜੀ ਕਿਸਾਨੀ ਦੀ ਆ, ਕਿਸਾਨੀ ਦੀ ਚੱਲ ਰਹੀ, ਜਿਹੜੀਆਂ ਮੰਗਾਂ ਸਾਡੀਆਂ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਤੁਸੀਂ ਕੀ ਦੇਖ ਰਹੇ ਹੋ ਕਿ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ, ਬੀਜੇਪੀ ਦਾ ਵਿਰੋਧ ਕਰ ਰਹੇ, ਸਾਰੀਆਂ ਪਾਰਟੀਆਂ ਦਾ, ਲੱਗਦਾ ਵੀ ਵਿਰੋਧ ਸਹੀ ਹੈ? ਹਾਂ ਵਿਰੋਧ ਸਹੀ ਹੈ, ਬੀਜੇਪੀ ਦਾ ਸਹੀ ਹੈ ਜ਼ਿਆਦਾ। ਦੂਜੀਆਂ ਪਾਰਟੀਆਂ ਦੇ ਵਿਰੋਧ ਕਰ ਰਹੇ ਨੇ? ਦੂਜੀਆਂ ਦੇ ਵੀ ਕਰ ਰਹੇ ਨੇ, ਉਹ ਆਪਣੇ ਤੌਰ 'ਤੇ ਕਰ ਰਹੇ ਲੋਕ, ਸਾਨੂੰ ਤਾਂ ਜ਼ਿਆਦਾ ਬੀਜੇਪੀ ਦਾ ਵਿਰੋਧ ਆ। ਤੁਸੀਂ ਕਿਸਾਨ ਸਾਨੂੰ ਜਿਹੜਾ 13 ਮਹੀਨੇ ਪਹਿਲਾਂ ਬੈਠਿਆ ਆ, ਹੁਣ ਸਾਨੂੰ ਫੇਰ ਬੈਠਿਆ ਰੱਖਿਆ, ਅਸੀਂ ਬੀਜੇਪੀ ਨੂੰ ਵੋਟ ਨਹੀਂ ਦਿੰਦੇ। ਬੀਜੇਪੀ ਨੂੰ ਵੋਟ ਨਹੀਂ ਦਿੰਦੇ? ਤੁਹਾਨੂੰ ਲੱਗਦਾ ਕੀ ਹੈ ਕਿ ਬੀਜੇਪੀ ਕਿਹੜੀ ਮੰਗ ਤੁਹਾਡੀ ਮੇਨ ਆ, ਜਿਹੜੀ ਇੱਕ ਮੰਗ ਜਿਹੜੀ ਵੱਡੀ ਮੰਗ ਹੈ ਤੁਹਾਡੀ ਪੂਰੀ ਨਹੀਂ ਹੋ ਰਹੀ? ਸਾਡੀ ਮੰਗ ਤਾਂ ਇਹੀ ਹੈ, ਕਿਸਾਨੀ ਮੰਗ ਹੈ ਸਾਡੀ ਤਾਂ ਜ਼ਿਆਦਾ, MSP ਮਿਲੇ ਸਾਨੂੰ, ਸਾਡਾ ਕਾਨੂੰਨ ਬਣੇ, ਜਿਹੜਾ ਹੈਗਾ ਸਾਡਾ, ਸਾਡੇ ਸਾਰੇ ਮਸੇ ਬਣ ਸਾਡੇ ਪਾਸ। ਸੋ ਇਹ ਕਿਸਾਨ ਕਹਿੰਦੇ ਨੇ ਬੀਜੇਪੀ ਨੇ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ, ਮੰਗਾਂ ਪੂਰੀਆਂ ਹੋਣ ਵਾਲੀਆਂ ਸੀਗੀਆਂ। ਮੇਰੇ ਨਾਲ ਹੋਰ ਵੀ ਨੌਜਵਾਨ, ਤੁਹਾਡੀ ਜ਼ਿਲ੍ਹਾ ਪਟਿਆਲਾ, ਲੋਕ ਸਭਾ ਹਲਕਾ ਪਟਿਆਲਾ ਪੈਂਦਾ, ਇੱਥੋਂ 4 ਮੇਨ ਪਾਰਟੀਆਂ ਖੜੀਆਂ ਨੇ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, BJP। ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਵੱਧ, ਦੇਖੋ ਸਾਰੀਆਂ ਪਾਰਟੀਆਂ ਨੇ ਸਰਕਾਰਾਂ ਰਹਿ ਚੁੱਕੀਆਂ, ਕਿਹੜੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਮੇਨ ਕੰਮ ਕੀਤੇ? ਸਾਡੀ ਝਾੜੂ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਜੀ। ਸਾਨੂੰ ਬਿਜਲੀ ਫ੍ਰੀ ਦਿੱਤੀ, 24 ਘੰਟੇ ਸਾਡੇ ਲਾਈਟ ਆ ਰਹੀ ਹੈ, ਮੋਟਰਾਂ 'ਤੇ ਵੀ 24 ਘੰਟੇ ਲਾਈਟ ਆ ਰਹੀ ਹੈ ਜੀ। ਨਹੀਂ, ਇਸ ਤੋਂ ਪਹਿਲਾਂ ਲਾਈਟ ਨਹੀਂ ਆਉਂਦੀ ਸੀ? ਪਹਿਲਾਂ ਨਹੀਂ ਆਉਂਦੀ ਸੀ, ਪਹਿਲਾਂ 6 ਘੰਟੇ, 5 ਘੰਟੇ ਜੀ, 4 ਘੰਟੇ। ਹੁਣ ਕਿੰਨੇ ਘੰਟੇ ਲਾਈਟ ਆ ਰਹੀ ਹੈ ਤੁਹਾਡੀ? ਸਾਡੀ 8-8, 10-10 ਘੰਟੇ ਲਾਈਟ ਆ ਰਹੀ ਹੈ। ਡਰਾਈਵਰਾਂ ਲਈ ਖਾਸ ਕਰਕੇ ਜਿਹੜੀਆਂ ਸਰਕਾਰਾਂ ਨੇ, ਡਰਾਈਵਰਾਂ ਦੀ ਇੱਕ ਬੜੀ ਵੱਡੀ ਸ਼ਿਕਾਇਤ ਰਹਿੰਦੀ ਹੈ ਕਿ ਜਿਹੜੀ ਸਰਕਾਰ ਆਉਂਦੀ ਹੈ ਉਹ ਜਿਵੇਂ ਨਾਕੇ ਲਾਉਂਦੇ ਨੇ, ਰਸਤੇ ਰੋਕਦੇ ਨੇ, ਘੇਰਦੇ ਨੇ, ਤੰਗ ਕਰਦੇ ਨੇ ਡਰਾਈਵਰਾਂ ਨੂੰ, ਖਾਸ ਕਰਕੇ ਦਿੱਲੀ ਨੂੰ ਜਾਂਦੇ ਹੋਏ। ਤੁਸੀਂ ਜੇਕਰ ਪਟਿਆਲਾ ਦੀ ਗੱਲ ਛੱਡੋ, ਆਲ ਓਵਰ ਕਿਵੇਂ ਦੇਖਦੇ ਹੋ ਪੰਜਾਬ ਦੀ ਸਰਕਾਰ? ਬਾਹਰੋਂ ਜੀ ਹੁਣ ਅਸੀਂ ਜਾਂਦੇ ਹਾਂ, ਜੰਮੂ ਬਾਹਰ ਜਾ ਰਹੇ ਹਾਂ, ਇਹਨਾਂ ਨੇ ਰੋਕ ਲਾ ਤੇ ਵੀ ਟੈਕਸ ਕਰੋ, ਉਹ ਕਰੋ। ਹੁਣ ਅਗਲਾ 4 ਲੱਖ ਦੀ ਗੱਡੀ ਲੈ ਕੇ ਹੁਣ ਨਵੀਂ ਤਾਂ ਲੈ ਨਹੀਂ ਸਕਦਾ ਜੀ, ਹੁਣ ਟੈਕਸ ਕਿੱਥੋਂ ਭਰ ਦੂ ਗਰੀਬ ਆਦਮੀ? ਇਹਨਾਂ ਨੇ ਇਹੋ ਜਿਹੇ ਪੰਗੇ ਕਰ ਰੱਖੇ ਨੇ। ਕਿਹੜੀ ਸਰਕਾਰ ਨੇ? ਇਹ ਪਹਿਲਾਂ ਵਾਲੀ ਸਰਕਾਰ ਨੇ ਕਰੇ ਹੋਏ ਨੇ ਜੀ, ਪੰਜਾਬ ਦੀ ਸਰਕਾਰ ਨੇ। ਹਾਂ ਜੀ। ਅੱਛਾ, ਕੀ ਮੰਗ ਕੀ ਹੈਗੇ ਤੁਹਾਡੀ, ਕੀ ਹੋਣਾ ਕੀ ਚਾਹੀਦਾ? ਇਹ ਹੋਣਾ ਨਹੀਂ ਚਾਹੀਦਾ ਜੀ, ਅਸੀਂ ਕਿੱਥੋਂ ਕਰਕੇ ਖਾਵਾਂਗੇ ਇੰਨਾ ਪੈਸਾ ਲਾ ਕੇ, ਟੈਕਸ ਭਰਾਂਗੇ ਅਸੀਂ? ਕਦੇ ਬੰਦਾ ਮਰ ਜਾਏ ਇਹਨਾਂ ਤੋਂ, ਸਜ਼ਾ ਹੋ ਜੂ, ਇਹਨਾਂ ਦੇ ₹1,00,000 ਜੁਰਮਾਨਾ ਲਾਵਾਂਗੇ। ਤੇ ਫਿਰ ਕਿਹਨੂੰ ਵੋਟ ਪਾਉਣ ਜਾ ਰਹੇ ਹੋ? ਮੈਂ ਤਾਂ ਪਹਿਲੇ ਕਾਂਗਰਸ ਨੂੰ, ਹੁਣ ਵੀ ਪਾਉਂਗਾ। ਕੱਟੜ ਕਾਂਗਰਸ ਹੀ ਲੱਗਦੇ ਹੋ? ਹਾਂ, ਮੈਂ ਤਾਂ ਸ਼ੁਰੂ 'ਚ ਕਾਂਗਰਸ ਸੀ। ਅੱਛਾ, ਕਾਂਗਰਸ ਨੇ ਕੋਈ ਵਧੀਆ ਕੰਮ ਕੀਤਾ? ਪਾਉਣ ਲੱਗਿਆ ਕਾਂਗਰਸ ਨੇ ਵਾਰਿਆ ਵਾਲਾ। ਕੋਈ ਇਹੋ ਜਿਹਾ ਕੰਮ ਦੱਸੋ ਅਗਲੇ ਦੀ ਕਿਸਮਤ ਬਾਪੂ ਜੀ, ਕੋਈ ਇਹੋ ਜਿਹਾ ਕੰਮ ਦੱਸੋ ਜਿਹੜਾ ਤੁਹਾਡੇ ਏਰੀਆ 'ਚ ਕਾਂਗਰਸ ਨੇ ਵਧੀਆ ਕਰਤਾ, ਤੁਹਾਨੂੰ ਲੱਗਿਆ ਵੀ ਆਹ ਕੰਮ ਕਰਤਾ, ਮੈਂ ਤਾਂ ਵੋਟ ਪਾਣੀ ਹੋ ਪਾਣੀ ਹੈ। ਕੰਮ ਤਾਂ ਹੁੰਦੀ ਰਹਿੰਦੇ ਤੇ ਚੱਲਦੀ ਰਹਿੰਦਾ, ਕਿਤੇ ਥੋੜ੍ਹਾ ਕਿਤੇ ਮਤਲਬ ਕੰਮਾਂ ਦਾ ਕੋਈ ਆਧਾਰ ਨਹੀਂ ਆਪਾਂ ਨੂੰ ਨਾ। ਅੱਛਾ, ਇੱਕ ਤੁਹਾਡੇ ਸਾਥੀ ਕਹਿੰਦੇ ਨੇ ਵੀ ਪਿੰਡਾਂ ਦੇ ਵਿੱਚ ਲਾਈਟ ਦਾ ਬੜਾ ਉਹਨਾਂ ਦਾ ਮੁੱਦਾ ਉੱਠਦਾ, ਵੀ ਲਾਈਟ ਰਹਿੰਦੀ ਆ, ਸੱਤਾ ਧਿਰ ਨੇ ਲਾਈਟ ਬੜੀ ਦਿੱਤੀ ਆ, ਕੀ ਲੱਗਦਾ ਵੀ ਇਹ ਹੈ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ? ਲਾਈਟ ਤਾਂ ਚੱਲਦੀ ਰਹਿੰਦੀ ਆ, ਭੱਜੀ ਨਹੀਂ ਐਤਕੀ। ਅੱਛਾ, ਤੇ ਪਹਿਲਾਂ ਵੀ ਨਾ ਆਉਂਦੀ ਸੀ? ਪਹਿਲਾਂ ਕੱਟਦਾ ਹੁੰਦੇ, ਹੁਣ ਕੱਟ ਨਹੀਂ ਲੱਗਦੇ? ਸਭ ਤੋਂ ਵਧੀਆ ਕੰਮ ਕਿਹੜਾ ਲੱਗਦਾ ਤੁਹਾਨੂੰ? ਆਮ ਆਦਮੀ ਪਾਰਟੀ ਨੇ। ਆਮ ਆਦਮੀ ਪਾਰਟੀ ਨੇ, ਕਿਉਂਕਿ ਅਕਾਲੀ ਦਲ ਕਹਿੰਦੀ ਅਸੀਂ ਵੀ ਕੰਮ ਵਧੀਆ ਕੀਤਾ, ਕਾਂਗਰਸ ਕਹਿੰਦੀ ਅਸੀਂ ਵਧੀਆ ਕੀਤਾ, ਸਾਡੇ ਤੋਂ ਵਧੀਆ ਕਿਸੇ ਨੇ ਕੀਤਾ ਹੀ ਨਹੀਂ। ਨਹੀਂ, ਆਮ ਆਦਮੀ ਪਾਰਟੀ ਨੇ ਕਰੇ ਜੀ ਵਧੀਆ। ਕੀ ਕੰਮ ਕੀਤਾ ਤੁਹਾਨੂੰ, ਕੀ ਲੱਗਦਾ ਕਿਹੜਾ ਕੰਮ ਵਧੀਆ ਹੈ ਜੀ? ਸਾਡਾ ਵੀ ਦੇਖੋ ਜੀ, ਹੁਣ ਕੰਮ ਪਹਿਲਾਂ ਅਸੀਂ ਵੀ ਐਂ ਫਿਰੀ ਜਾਂਦੇ ਹੁੰਦੇ ਸੀਗੇ ਜੀ, 1-1, 2-2 ਸਵਾਰੀ ਲੈ ਕੇ ਜੀ, ਸਾਨੂੰ ਵੀ ਵਧੀਆ ਚਲੋ ਰੁਜ਼ਗਾਰ ਮਿਲ ਰਿਹਾ ਜੀ, ਅਸੀਂ ਵੀ ਚੱਲੀ ਜਾਂਦੇ ਹਾਂ। ਸੋ ਇਹ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤਾ, ਤੇ ਕੀ ਨਾਮ ਕੀ ਹੈ ਬਾਈ ਤੁਹਾਡਾ? ਕੁਲਦੀਪ ਸਿੰਘ। ਕੁਲਦੀਪ ਸਿੰਘ ਜੀ, ਕੀ ਲੱਗਦਾ ਕਿ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ, ਵੋਟਾਂ ਦੇ ਵਿੱਚ ਜਿਹੜੇ ਕਿਸਾਨ ਨੇ ਲਗਾਤਾਰ ਵਿਰੋਧ ਕਰ ਰਹੇ ਨੇ BJP ਦਾ, ਕੀ ਲੱਗਦਾ ਵਿਰੋਧ ਸਹੀ ਹੈ? ਸਾਨੂੰ ਕਿਸਾਨਾਂ ਬਾਰੇ ਕੁਛ ਨਹੀਂ ਹੈਗੀ, ਸਾਨੂੰ ਤਾਂ ਅਸੀਂ ਆਪਣਾ ਕੰਮ ਦੇਖਣਾ, ਹੁਣ ਅਸੀਂ ਤਾਂ ਆਟੋ ਚਲਾਉਂਦੇ। ਕਿਹੜੀ ਕਿਹੜੀ ਕੰਮ ਜਿਹੜੀ ਸਰਕਾਰ ਦੇ ਟਾਈਮ ਜਿਹੜਾ ਵਧੀਆ ਕੰਮ ਹੈ, ਕਿਹੜੀ ਸਰਕਾਰ ਦੇ ਟਾਈਮ? ਸਾਡੇ ਇਸ ਟਾਈਮ ਤਾਂ ਇਹੀ ਸਰਕਾਰ ਚੱਲ ਰਹੀ ਹੈ ਜੀ, ਆਮ ਆਦਮੀ ਦੀ। ਇਹਨਾਂ ਲਈ ਵਧੀਆ ਕੰਮ ਕੀਤਾ? ਸਾਡੇ ਵੱਲ ਉਹੀ ਠੀਕ ਹੈ ਜਿਹੜਾ ਸਾਡਾ ਕੰਮ ਚੱਲਦਾ ਜੀ। ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਤੁਹਾਡੀ ਉਮਰ ਕਿੰਨੀ ਆ? 18 ਸਾਲ ਹੈ ਜੀ। ਵੋਟ ਬਣ ਗਈ? ਹਾਂਜੀ। ਪਹਿਲੀ ਵਾਰ ਪਾਉਣ ਜਾ ਰਹੇ ਹੋ? ਨਹੀਂ ਜੀ, ਮੈਂ ਤਾਂ ਪਾਉਣਾ ਨਹੀਂ ਚਾਹੁੰਦਾ ਕਿਸੇ ਨੂੰ, ਵੈਸੇ ਵੋਟ ਕਾਰਡ ਬਣਵਾ ਰੱਖਿਆ। ਨਹੀਂ, ਵੋਟ ਪਹਿਲੀ ਵਾਰ ਬਣੀ ਆ ਤੁਹਾਡੀ ਕਿ ਪਹਿਲਾਂ ਵੀ ਬਣੀ ਸੀ?
ਨਹੀਂ ਪਹਿਲਾਂ ਨਹੀਂ ਬਣੀ ਸੀ। ਪਹਿਲੀ ਵਾਰ ਬਣੀ ਹੈ ਤੁਹਾਡੀ, ਪਹਿਲੀ ਵਾਰ ਵੋਟ ਬਣੀ ਹੈ ਅਤੇ ਤੁਸੀਂ ਪਹਿਲੀ ਵਾਰ ਕਹਿੰਦੇ ਹੋ ਵੋਟ ਨਹੀਂ ਪਾਉਣੀ, ਕਿਉਂ ਨਹੀਂ ਪਾਉਣੀ? ਸਰ ਇੰਡੀਆ ਡੈਮੋਕ੍ਰੈਟਿਕ ਰਿਹਾ ਹੀ ਨਹੀਂ, ਇੰਡੀਆ ਬੀਜੇਪੀ ਸਰਕਾਰ ਬਾਕੀ ਸਰਕਾਰ ਮਿਲ ਕੇ ਇਹਨੂੰ ਇੱਕ ਡਿਕਟੇਟਰਸ਼ਿਪ ਨਾਲ ਚਲਾ ਰਹੀ ਹੈ। ਇੰਡੀਆ 'ਚ ਜੋ ਚਾਹੁੰਦੇ ਨੇ ਉਹ ਹੋ ਰਿਹਾ, ਠੀਕ ਹੈ। ਕਿਸਾਨਾਂ ਨੂੰ ਮਤਲਬ ਰੋਕਣਾ ਚਾਹੁੰਦੇ ਸੀ, ਰੋਕ ਲਿਆ, RSS ਦੇ ਬੰਦੇ ਬੁਲਾ ਲਏ, ਉੱਥੇ ਹੰਗਾਮਾ ਕਰਾਤਾ, ਜੋ ਕਰਾਤਾ ਇਹਨਾਂ ਨੇ ਕਰਾਇਆ। ਹੁਣ ਇੰਡੀਆ ਪਹਿਲਾਂ ਕੀ ਸੀ? ਡੈਮੋਕ੍ਰੈਟਿਕ ਸੀ, ਉਦੋਂ ਭਗਤ ਸਿੰਘ ਵਾਲੇ ਟਾਈਮ ਸਨ, ਸਾਰੇ ਸਨ। ਲੇਕਿਨ ਅੱਜ ਕੱਲ੍ਹ ਕੀ ਚੱਲ ਰਿਹਾ? ਮੋਦੀ ਸਰਕਾਰ ਬਾਕੀ ਸਰਕਾਰ ਮਿਲ ਰਹੀਆਂ ਨੇ ਆਪਸ 'ਚ, ਜੋ ਚਾਹੁੰਦੇ ਨੇ ਕਦੀ ਧਰਮ ਦੇ ਨਾਂ 'ਤੇ ਭੜਕਾਤਾ। ਹੁਣ ਪਿੱਛੇ ਜੀ ਰਾਮ ਮੰਦਿਰ ਬਣਾਇਆ ਸੀ, ਉੱਥੇ ਬੜੇ ਮਤਲਬ ਇੰਸਟਾ 'ਤੇ ਪੋਸਟ ਆਇਆ ਸੀ, ਜੋ ਸਾਡਾ ਰਾਮ ਲਿਆ ਅਸੀਂ ਉਹਨੂੰ ਲਿਆਵਾਂਗੇ। ਕੱਲ੍ਹ ਨੂੰ ਕੋਈ ਮੁਸਲਮਾਨ ਪ੍ਰਾਈਮ ਮਿਨਿਸਟਰ ਹੁੰਦਾ, ਉਹ ਤੁਹਾਡਾ ਰਾਮ ਲੈ ਆਉਂਦਾ, ਤੁਸੀਂ ਉਹਨੂੰ ਲੈ ਆਉਂਦੇ ਅਗਲੇ ਵਾਰ? ਬੀਜੇਪੀ ਕਹਿੰਦੀ ਰਾਮ ਮੰਦਿਰ ਦੇ ਨਾਂ 'ਤੇ ਵੋਟਾਂ ਬਹੁਤ ਪੈ ਰਹੀਆਂ। ਹਾਂ, ਵੋਟਾਂ ਕਿਉਂ ਪੈ ਰਹੇ ਨੇ? ਕਿਉਂ? ਕਿਉਂਕਿ ਉਹ ਸਨਾਤਨ ਧਰਮ ਦੇ ਉੱਤੇ ਲੈ ਗਏ, ਇੰਡੀਆ 'ਚ ਅੱਧੇ ਜ਼ਿਆਦਾ ਹਿੰਦੂ ਨੇ, ਤਾਂ ਕਰਕੇ ਉਹਨਾਂ ਨੇ ਸੋਚਿਆ ਰਾਮ ਮੰਦਿਰ ਆਉਂਦਾ। ਤੁਹਾਨੂੰ ਵੋਟ ਦਾ ਇਸਤੇਮਾਲ ਤਾਂ ਕਰਨਾ ਚਾਹੀਦਾ ਨਾ, ਪਹਿਲੀ ਵਾਰ ਵੋਟ ਬਣੀ ਆ, ਦੇਖੋ ਇਸਤੇਮਾਲ ਕੀਤਾ, ਉਹਦਾ ਫਾਇਦਾ ਕੀ ਹੋਇਆ ਇਸਤੇਮਾਲ ਕਰਨ ਦਾ? ਜੇ ਨੋਟਾਂ ਦਾ ਬਟਨ ਵੀ ਦਿੱਤਾ ਹੋਇਆ ਨਾ ਨਾਲ, ਚੋਣ ਕਮਿਸ਼ਨ ਨੇ ਇੱਕ ਨੋਟਾਂ ਦਾ ਬਟਨ ਦਿੱਤਾ। 1200 crore ਦਾ ਘਪਲਾ ਹੈ ਇੰਡੀਆ 'ਚ, ਕਿਹਦੇ ਉੱਤੇ? ਇਲੈਕਸ਼ਨ ਉੱਤੇ। ਮੈਂ ਤੁਹਾਡਾ ਸਵਾਲ ਕਰ ਰਿਹਾ ਕਿ ਤੁਸੀਂ ਕਹਿ ਰਹੇ ਹੋ ਘਪਲਾ ਹੋ ਰਿਹਾ, ਸਾਡਾ ਸਟੇਟ ਜਿਹੜਾ ਦੇਸ਼ ਆ ਉਹ ਡੈਮੋਕ੍ਰੈਟਿਕ ਨਹੀਂ ਰਿਹਾ, ਤੁਸੀਂ ਇਹ ਗੱਲ ਕਹਿ ਰਹੇ ਹੋ, ਪਰ ਗੱਲ ਇਹ ਕਿ ਚੋਣ ਕਮਿਸ਼ਨ ਜਿਹੜਾ ਨੋਟਾਂ ਦਾ ਬਟਨ ਇਸੇ ਕਰਕੇ ਦਿੱਤਾ, ਜੇ ਤੁਹਾਨੂੰ ਪਾਰਟੀ ਨਹੀਂ ਪਸੰਦ, ਕੋਈ ਵੀ ਉਮੀਦਵਾਰ ਨਹੀਂ ਪਸੰਦ, ਤੁਸੀਂ ਨੋਟਾਂ ਦਾ ਬਟਨ ਦਬਾਓ, ਪਰ ਵੋਟ ਦਾ ਇਸਤੇਮਾਲ ਤਾਂ ਕਰਨਾ ਚਾਹੀਦਾ ਨਾ ਤੁਹਾਨੂੰ। ਰੀਸੈਂਟਲੀ ਇੱਕ ਧਰੁਵ ਰਾਠੀਨਾ ਦਾ ਬੰਦਾ ਹੈ ਯੂਟਿਊਬ 'ਤੇ, ਉਹਦੀ ਤੁਸੀਂ ਡਿਕਟੇਟਰਸ਼ਿਪ ਦੀ ਵੀਡੀਓ ਦੇਖਣਾ, ਉਹਨੇ ਡਾਲਿਆ, ਉਹਨੇ ਦੱਸਿਆ 1200 crore ਦਾ ਘਪਲਾਇਆ ਇੰਡੀਆ 'ਚ। ਦੋ ਇਲੈਕਸ਼ਨ ਮਤਲਬ ਹੁੰਦੇ ਨੇ ਮਿਨਿਸਟਰ, ਉਹਨਾਂ 'ਚ ਇੱਕ ਨੇ ਰਿਜ਼ਾਈਨ ਦਿੱਤਾ, ਉਹਨੇ ਇਸ਼ੂ ਦਿੱਤਾ ਹੈਲਥ ਦਾ, ਬਟ ਉਹਦੇ ਮਤਲਬ ਦੋਸਤਾਂ ਤੋਂ ਪੁੱਛਿਆ ਅਤੇ ਉਹ ਕਹਿੰਦਾ ਉਹਨਾਂ ਨੇ ਕਿਹਾ ਵੀ ਉਹ ਤਾਂ ਠੀਕ ਸੀ, ਨਹੀਂ ਸੀ ਉਹ ਹਟਾਤਾ। ਨਿਊ ਹੁਣ ਆਏ ਨੇ ਦੋ ਇਲੈਕਸ਼ਨ 'ਚ ਮਿਨਿਸਟਰ ਆਏ। ਅਖਬਾਰ ਪੜ੍ਹਦੇ ਹੋ? ਬੀਜੇਪੀ ਨਹੀਂ, ਮੈਂ ਕੋਈ ਅਖਬਾਰ ਨਹੀਂ ਪੜ੍ਹਦਾ। ਮੈਂ ਤੁਸੀਂ ਕੀ ਸਾਰਾ ਦਿਨ ਯੂਟਿਊਬ ਤੋਂ ਜਾਂ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ? ਹਾਂਜੀ, ਨੋਰਮਲ ਹੈ, ਕਹਿ ਸਕਦੇ ਹਾਂ। ਬਾਹਰ ਕਿਸੇ ਲੋਕ ਬੈਜ ਹੋ ਤੇ ਦੇਖਦੇ ਹੋ, ਅਖਬਾਰ ਟੀਵੀ ਦੇਖਦੇ ਹੋ, ਟੀਵੀ ਦੇਖਦੇ, ਖਬਰਾਂ ਦੇਖਦੇ ਹੋ? ਹਾਂਜੀ ਦੇਖਦੇ ਹਾਂ, ਠੀਕ ਹੈ। ਰੀਸੈਂਟਲੀ ਬਹੁਤ ਦੇਖਿਆ ਨੇ, ਪਰ ਤੁਹਾਨੂੰ ਅਕਾਲੀ ਦਲ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਬੀਜੇਪੀ ਜਾਂ ਸਿਮਰਜੀਤ ਸਮਾਨ, ਕੋਈ ਪਾਰਟੀ ਪਸੰਦ ਨਹੀਂ? ਕੋਈ ਨਹੀਂ ਪਸੰਦ, ਕਿਉਂਕਿ ਸਾਰੀ ਡਿਕਟੇਟਰਸ਼ਿਪ ਦਾ ਰੂਲ ਮੰਨਦੀਆਂ ਨੇ। ਕੀ ਚਾਹੁੰਦੀਆਂ ਨੇ? ਅਸੀਂ ਆਈਏ, ਆਪਣਾ ਰੂਲ ਜਮਾਈਏ, ਜਿਵੇਂ ਪਹਿਲਾਂ ਜ਼ਮਾਨੇ 'ਚ ਹੁੰਦਾ, ਇੱਕ ਰਾਜਾ ਚਾਹੁੰਦਾ ਸੀ ਮੇਰਾ ਮਤਲਬ ਆਹ ਸਟੇਟ 'ਤੇ ਕਬਜ਼ਾ ਹੋ ਜਾਵੇ, ਮੇਰਾ ਰੂਲ ਚੱਲੇ, ਮੇਰੇ ਰੂਲ, ਜਿਵੇਂ ਬਾਬਰ ਰਿਆਸਤ। ਮੈਂ ਤੁਹਾਨੂੰ ਇਹ ਅਪੀਲ ਕਰਾਂਗਾ ਕਿ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਪਹਿਲੀ ਵਾਰ ਵੋਟ ਪਣੀ ਹੈ, ਵੋਟ ਦਾ ਇਸਤੇਮਾਲ ਕਰਨਾ ਚਾਹੀਦਾ, ਇਸ ਕਰਕੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਜਿਹਨੂੰ ਮਰਜ਼ੀ ਵੋਟ ਪਾਓ। ਧੰਨਵਾਦ। ਸੋ ਇਹ ਨੌਜਵਾਨ ਨੇ, ਨੌਜਵਾਨ ਕਹਿੰਦੇ ਅਸੀਂ ਵੋਟ ਨਹੀਂ ਪਾਉਣੀ, ਕਿਉਂ? ਕਿਉਂਕਿ ਸਾਨੂੰ ਸਾਡਾ ਦੇਸ਼ ਉਹ ਡੈਮੋਕ੍ਰੈਟਿਕ ਨਹੀਂ ਰਿਹਾ। ਸੋ ਇਸ ਤੋਂ ਬਾਅਦ ਕਿਸੇ ਹੋਰ ਪਿੰਡ ਜਾਵਾਂਗੇ, ਕਿਸੇ ਪਿੰਡ 'ਚ ਹੋਰ ਜਾ ਕੇ ਫਿਰ ਆਪਾਂ ਇਹ ਜਿਹੜੀ ਜਨਤਾ ਦੀ ਆਵਾਜ਼ ਹੈ ਉਹਦੀ ਗੱਲ ਕਰਾਂਗੇ। ਅੱਜ ਅਸੀਂ ਇਹ ਪ੍ਰੋਗਰਾਮ ਲੈ ਕੇ ਖਾਸ ਤੌਰ 'ਤੇ ਬਠਿੰਡਾ ਦੀ ਧਰਤੀ 'ਤੇ ਪਹੁੰਚੇ ਹਾਂ, ਕਿਉਂਕਿ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਜੀ ਬਠਿੰਡਾ ਸੀਟ ਆ ਉਹ ਹੋਰ ਸੀਟ ਮੰਨੀ ਜਾ ਰਹੀ ਆ, ਕਿਉਂਕਿ ਇਹ ਗੜ ਜਿਹੜਾ ਬਾਦਲਾਂ ਦਾ ਗੜ ਮੰਨਿਆ ਜਾਂਦਾ ਸੀ ਕਿ ਆਖਿਰਕਾਰ ਉਹ ਟਹਿ ਚੁੱਕੇ ਆ ਜਾਂ ਲੋਕਾਂ ਦੀ ਕੀ ਆਵਾਜ਼ ਹੈ, ਕਿਸ ਤਰ੍ਹਾਂ ਦੀ ਹਵਾ, ਕਿ ਲੋਕ ਕਿਹੜੀ ਪਾਰਟੀ ਨੂੰ ਚਾਹ ਰਹੇ ਨੇ। ਅੱਜ ਅਸੀਂ ਸੱਤੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਸਾਡੇ ਵਿੱਚ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਸਹਿਯੋਗੀ ਮੇਰੇ ਗੁਰਮੁਖ ਸਿੰਘ ਰਪਾਲਾ ਜੀ ਮੌਜੂਦ ਨੇ। ਰਪਾਲਾ ਜੀ, ਕੀ ਕਹਿਣਾ ਚਾਹੁੰਦੇ ਹੋ ਬਠਿੰਡੇ ਦੀ ਕੀ ਹਵਾ ਕੀ ਹੈ? ਬਠਿੰਡਾ ਲੋਕ ਸਭਾ ਇੱਕ ਅਜਿਹਾ ਹਲਕਾ ਜਿੱਥੇ 5 crore ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਲੋਕ ਸਭਾ ਹਲਕਾ ਬਠਿੰਡਾ ਦੀ ਗੱਲ ਕਰੀਏ, ਇੱਥੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਮੈਦਾਨ 'ਚ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਮੈਦਾਨ 'ਚ ਹੈ, ਕਾਂਗਰਸ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਉਮੀਦਵਾਰ ਨੇ ਜਿਹੜੇ ਉਹ ਮੈਦਾਨ 'ਚ ਨੇ। ਪੰਜਾਬ ਦੀਆਂ ਕੁਝ ਕੁ ਸੀਟਾਂ ਨੇ ਜਿੱਥੇ 5 crore ਮੁਕਾਬਲਾ ਦੇਖਿਆ ਜਾ ਰਿਹਾ, ਪਰ ਜ਼ਿਆਦਾਤਰ ਸੀਟਾਂ ਨੇ ਜਿਹੜੀਆਂ ਉੱਥੇ 4 crore ਮੁਕਾਬਲਾ, ਜਿਹੜੀਆਂ 4 ਮੁੱਖ ਧਿਰਾਂ ਨੇ ਉਹ ਚੋਣ ਮੁਕਾਬਲੇ ਵਿੱਚ ਨੇ। ਸਭ ਤੋਂ ਪਹਿਲਾਂ ਗੱਲ ਸੱਤਾ ਧਿਰ ਨਾਲ, ਕਿ ਸੱਤਾ ਧਿਰ ਨੇ ਲੋਕਾਂ ਲਈ ਕੀ ਕੀਤਾ?
ਲੋਕਾਂ ਲਈ ਆਪਣੀ ਪਾਰਟੀ ਨੇ ਤੁਹਾਡੀ ਸਰਕਾਰ ਨੇ ਕੀ ਕੀਤਾ ਕਿ ਲੋਕ ਤੁਹਾਨੂੰ ਵੋਟ ਦੇਣ? ਲੋਕ ਕਿਉਂ ਵੋਟ ਦੇਣਗੇ ਤੁਹਾਨੂੰ? ਅਸੀਂ ਨੌਕਰੀਆਂ ਦਿੱਤੀਆਂ ਜੀ ਬਗੈਰ ਪੈਸਿਆਂ ਤੋਂ, ਸਭ ਤੋਂ ਵੱਧ ਬਿਜਲੀ ਫ੍ਰੀ ਕਰੀ ਹੈ 600 ਯੂਨਿਟ, ਉਹਦੇ ਬਾਅਦ ਜਿਹੜੀ ਕਿਸਾਨਾਂ ਦੀ ਬਿਜਲੀ ਹੈ ਉਹ ਦਿਨ ਰਾਤ ਆਈ ਹੈ, ਅਤੇ ਸਕੂਲਾਂ ਦਾ ਸੁਧਾਰ ਹੋਇਆ, ਮੁਹੱਲਾ ਕਲੀਨਿਕ ਦਿੱਤੇ ਨੇ, ਕਿਉਂਕਿ ਮੇਨ ਜਿਹੜੀਆਂ ਮੁੱਢਲੀ ਸਹਾਇਤਾ ਨੇ। ਆਮ ਆਦਮੀ ਪਾਰਟੀ ਦੀ ਉਮਰ 12 ਸਾਲ ਹੈ, ਸਿਰਫ ਸਰਕਾਰਵਾਰੀ ਨੂੰ 2 ਸਾਲ ਹੋਏ ਹੈ, ਬਾਕੀਆਂ ਦੀ 100-100 ਸਾਲ ਹੈ, ਉਹਨਾਂ ਦੇ ਬਰਾਬਰ ਮਿਲਾ ਲਓ ਜਿਹੜੇ ਸਾਡੇ ਕੰਮ ਹੈ, ਇਹਨਾਂ ਨੂੰ ਵੱਧ ਹੋਏ 2 ਸਾਲ। ਇਹ ਸੱਤਾ ਧਿਰ ਪੰਜ ਪੰਜਾਬ ਸਰਕਾਰ, ਦੂਜੇ ਪਾਸੇ ਕੇਂਦਰ ਦੀ ਸਰਕਾਰ ਬੀਜੇਪੀ ਨਾਲ ਖੜੀ ਹੈ, ਬੀਜੇਪੀ ਨਾਲ ਵੀ ਗੱਲ ਕਰਾਂਗੇ। ਸੋ ਬਿਲਕੁਲ ਜਿਸ ਤਰ੍ਹਾਂ ਸਵਾਲ ਤੁਸੀਂ ਸੁਣਿਆ, ਕਹਿੰਦੇ 2 ਸਾਲ ਬੇਮਿਸਾਲ ਕੰਮ ਸਾਡਾ ਬੋਲਦਾ, ਕੀ ਲੱਗਦਾ ਕਿ ਬਾਕੀ ਕੰਮ ਕੀਤੇ ਗਏ ਨੇ ਉਹ? ਦੇਖੋ ਜੀ, ਇਹਨਾਂ ਨੇ ਪਹਿਲਾਂ ਹੀ ਆਪਣੇ, ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਦੇ ਸਾਰੇ ਦਰਸ਼ਕਾਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਰਾਮ ਰਾਮ ਕਹਿਣਾ ਪਬਲਿਕ ਚ ਆ ਜਾਓ। ਅਤੇ ਜਿਵੇਂ ਸੱਤਾਧਾਰ ਦੇ ਜਿਹੜੇ ਆਪਣੇ ਲੀਡਰ ਹੈ, ਜਿਵੇਂ ਉਹਨਾਂ ਨੇ ਗੱਲ ਕੀਤੀ ਕਿ 2 ਸਾਲਾਂ 'ਚ ਉਹਨਾਂ ਨੇ ਬਹੁਤ ਕੰਮ ਕੀਤਾ, ਇਹਨਾਂ ਨੇ 10 ਸਾਲਾਂ ਦੇ ਵਿੱਚ ਕਾਂਗਰਸ ਦਾ ਜ਼ਰੂਰ ਮੁਕਾਬਲਾ ਕੀਤਾ, ਉਹ ਇਸ ਧਰ ਦੇ ਉੱਤੇ ਕਿ 10 ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਤਾਂ ਬਣ ਗਈ ਸੀ, 10 ਸਾਲ ਅਤੇ 10 ਸਾਲਾਂ ਦੇ ਵਿੱਚ ਹੀ ਸਭ ਤੋਂ ਵੱਡੀ ਕਰਪਸ਼ਨ ਪਾਰਟੀ ਬਣ ਗਈ। ਇਹਨਾਂ ਦੇ ਮੇਨ ਮੁੱਖ ਕੇਜਰੀਵਾਲ ਅਤੇ ਉਹਨਾਂ ਦੇ ਨਾਲ ਲੱਗਦੇ ਜਿੰਨੇ ਵੀ ਲੀਡਰ ਹੈ, ਉਹ ਅੱਜ ਈਡੀ ਦਾ ਸਾਹਮਣਾ ਕਰ ਰਹੇ, ਜੇਲ੍ਹ ਦੇ ਵਿੱਚ ਹੈ, ਜ਼ਮਾਨਤਾਂ 'ਤੇ ਹੈ। ਅਤੇ ਦੂਜੀ ਗੱਲ ਇਹ ਵੀ ਇਹਨਾਂ ਦਾ 2nd ਨੰਬਰ ਦਾ ਜਿਹੜਾ ਰਾਜ ਸਭਾ 'ਚ ਇੱਥੋਂ ਨੁਮਾਇੰਦਾ ਭੇਜਿਆ ਸੀ ਰਾਘਵ ਚੱਡਾ ਜੀ, ਉਹ ਐਡਾ ਵੱਡਾ ਲੋਕਤੰਤਰ ਦਾ ਐਡਾ ਵੱਡਾ ਇਲੈਕਸ਼ਨ ਹੋ ਰਿਹਾ, ਉਹ ਅੱਜ ਤੱਕ ਭਾਰਤ ਦੀ ਧਰਤੀ 'ਤੇ ਨਹੀਂ ਦਿਖ ਰਹੇ, ਅਤੇ ਆਪਣੇ UK ਦੇ ਵਿੱਚ ਇੰਜੋਏ ਕਰ ਰਹੇ ਹੈ। ਕਿੱਦਾਂ ਦਾ ਜੇ ਸਨਮਾਨ ਸਭ ਤੋਂ ਵਧੀਆ ਢੰਗ ਨਾਲ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਕੀਤਾ, ਸ਼ਹੀਦਾਂ ਦੇ ਹਰ ਇੱਕ ਪਰਿਵਾਰ ਨੂੰ 1 ਕਰੋੜ ਹਰ ਇੱਕ ਸ਼ਹੀਦ ਨੂੰ, ਚਾਹੇ ਉਹ ਫੌਜ ਦੇ ਵਿੱਚ ਹੈ, ਚਾਹੇ ਉਹ ਪੁਲਿਸ ਦੇ ਵਿੱਚ ਹੈ, ਚਾਹੇ ਦੇਸ਼ ਦੇ ਲਈ ਇੱਕ ਸ਼ਹੀਦ ਹੋਇਆ, ਚਾਹੇ ਉਹ ਪੰਜਾਬ ਦੇ ਲਈ ਸ਼ਹੀਦ ਹੋਇਆ, 1 ਕਰੋੜ ਸਾਡੇ ਮਾਣਯੋਗ ਸਾਡੇ ਭਗਵੰਤ ਮਾਨ ਜੀ ਨੇ ਖੁਦ ਜਾ ਕੇ ਘਰਾਂ 'ਚ ਦਿੱਤੇ ਆ। ਨੰਬਰ 2, ਇਹਨਾਂ ਨੇ RDX ਦਾ ਜਿਹੜੀ ਗੱਲ ਕਰੀ ਆ ਉਹ ਚੰਨੀ ਨੇ ਮੁੱਦਾ ਉਠਾਇਆ ਸੀ, ਸਾਡੀ ਪਾਰਟੀ ਦਾ ਕੋਈ ਲੈਣਾ ਦੇਣਾ, ਅਸੀਂ ਹਮੇਸ਼ਾ ਦੇਸ਼ ਦੀ ਅਖੰਡਤਾ ਦੇ ਲਈ, ਦੇਸ਼ ਦੀ ਏਕਤਾ ਦੇ ਲਈ ਪੁੱਛਿਆ। ਸਵਾਲ ਉਧਰੋਂ ਆਪ ਜੀ ਪੁੱਛਿਆ ਤਾਂ ਕੀ ਸਵਾਲ ਉਧਰੋਂ ਹੋਇਆ, ਇਧਰਲੇ ਪਾਸੇ BJP ਖੜੀ ਹੈ, ਆਮ ਆਦਮੀ ਪਾਰਟੀ ਖੜੀ ਹੈ, ਆਮ ਲੋਕ ਖੜੇ ਨੇ, ਕੋਈ ਇਹੋ ਜਿਹਾ ਕੰਮ ਜਿਹੜਾ ਪੰਜਾਬ ਦੇ ਵਿੱਚ ਸੱਤਾ ਧਿਰ ਨੇ ਕੀਤਾ ਹੋਵੇ ਔਰ ਵਧੀਆ ਹੋਵੇ, ਜਾਂ ਕੋਈ ਇਹੋ ਜਿਹਾ ਕੰਮ ਜਿਹੜਾ ਬਿਲਕੁਲ ਨਾ ਕੀਤਾ ਹੋਣ ਵਾਲਾ ਹੋਵੇ, ਕੋਈ ਕੰਮ ਇਹੋ ਜਿਹਾ? ਸੱਤਾ ਧਿਰ ਨੇ ਤਾਂ ਕਰੇ ਕੁਛ ਨਹੀਂ, 2.5 ਸਾਲਾਂ ਦੇ ਤੁਸੀਂ ਹੋ ਗਏ, ਅਤੇ ਜਿਹੜੇ ਕਹਿੰਦੇ 1000 ਰੁਪਇਆ ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਵਾਂ ਨੂੰ ਦੇਣਾ, ਪਹਿਲਾਂ ਤਾਂ ਉਹ ਦੇਤਾ, ਅਤੇ ਜਿਹੜੀਆਂ ਦਾਲ ਰੋਟੀਆਂ ਆਟਾ ਸਕੀਮ ਸੀ ਉਹ ਬੰਦ ਕਰਤੀ, ਵਿਕਾਸ ਪੂਰੇ ਪੰਜਾਬ ਦੇ ਵਿੱਚ 1 ਰੁਪਇਆ ਕੋਈ ਦੱਸ ਦੇਣਾ ਵੀ ਲਾਇਆ ਹੋਵੇ, ਅਤੇ ਸਿਰਫ 2 ਜਹਾਜ਼ ਖਰੀਦ ਕੇ ਬਾਹਰਲੀਆਂ ਸਟੇਟਾਂ ਦੇ ਵਿੱਚ ਪੈਸਾ ਉਡਾਇਆ ਪੰਜਾਬ ਦਾ, ਜਾਂ ਜਹਾਜ਼ ਕਿਹਨੇ ਖਰੀਦੇ? ਭਗਵੰਤ ਮਾਨ ਨੇ ਖਰੀਦੇ, ਸਰਕਾਰ ਨੇ ਖਰੀਦੇ, 2 ਜਹਾਜ਼ ਦੋਨੇ ਕੇਜਰੀਵਾਲ ਚਲਾ ਰਹੇ ਆ, ਅਤੇ ਜਿਹੜਾ ਪੰਜਾਬ ਦਾ ਪੈਸਾ ਸੀ ਉਹਨੂੰ ਲੁੱਟਿਆ, ਬਾਹਰ ਦੇ ਹਥਿਆਰਾਂ ਦੇ ਕਿੰਨੇ ਹਥਿਆਰ ਲਾਏ ਆ, ਜਿਹੜੇ ਬਾਹਰ ਅਖਬਾਰਾਂ ਟੀਵੀਆਂ ਨੂੰ ਐਡਾਂ ਦਿੱਤੀਆਂ ਅੱਜ ਵੀ ਚੱਲ ਰਹੀਆਂ, ਅਤੇ ਪੰਜਾਬ ਦੇ ਵਿੱਚ ਕੋਈ 10 ਦਿਨ RTA ਰਾਹੀਂ ਪਾ ਕੇ ਦੇਖ ਲਓ ਵੀ ਕੋਈ ਵੀ 2.25 ਸਾਲਾਂ ਦੇ ਵਿੱਚ ਕੋਈ ਸੜਕ ਨੂੰ ਪੈਸਾ, ਕੋਈ ਗਲੀਆਂ ਨਾਲੀਆਂ ਨੂੰ ਪੈਸਾ, ਜਾਂ ਕੋਈ ਫੈਕਟਰੀਆਂ ਲਾਤੀਆਂ, ਜਾਂ ਕੋਈ ਸਕੂਲਾਂ ਨੂੰ, ਜਾਂ ਕਾਲਜਾਂ ਨੂੰ, ਜਾਂ ਹੋਸਪਿਟਲ, ਜਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ, ਸਿਰਫ ਪ੍ਰਾਈਵੇਟ ਕੰਪਨੀਆਂ ਨੇ ਜਿਹੜੇ ਮੁੰਡੇ ਰੱਖੇ ਆ ਉਹਨਾਂ ਦੇ ਹਥਿਆਰ ਲਾ ਰਹੇ ਜੀ, ਅਸੀਂ 35,000 ਮੁੰਡਾ ਰੱਖ ਰਹੇ। ਜਵਾਬ ਲੈ ਲਓ, ਇੱਕ ਜਵਾਬ, ਕਹਿੰਦੇ ਸੱਤਾ ਧਿਰ ਨੇ 2 ਜਹਾਜ਼ ਖਰੀਦੇ, ਦੋਨੇ ਕੇਜਰੀਵਾਲ ਨੂੰ ਦਿੱਤੇ ਜੀ। ਦੇਖੋ ਇਹ ਤਾਂ ਬਹੁਤ ਕੁਝ ਕਹਿਣਗੇ, ਇਹ ਕਹਿੰਦੇ ਕੋਈ ਕੰਮ ਨਹੀਂ ਹੋਇਆ, ਠੀਕ ਹੈ, 42,000 ਨੌਕਰੀ ਦਿੱਤੀ ਹੈ, 1 ਪੰਜੀ ਨਹੀਂ ਲੱਗੀ, ਲਾਈਟ ਹੈ ਜਿਹੜੀ 600 ਯੂਨਿਟ ਦਿੱਤੀ ਹੈ, ਠੀਕ ਹੈ ਜੀ, ਕਿਸਾਨਾਂ ਨੂੰ ਬਿਜਲੀ ਫ੍ਰੀ ਹੈ, ਦਿਨ ਰਾਤ ਮਿਲਦੀ ਹੈ। ਤੁਹਾਡੇ ਕੋਲ ਆ ਰਿਹਾ ਥਰਮਲ ਪਲਾਂਟ ਅਸੀਂ ਆਪਦਾ ਵਾਪਸ ਲੈ ਲਿਆ, ਸਾਰਾ ਕੁਝ ਵੇਚਿਆ ਤਾਂ ਇਹਨਾਂ ਨੇ ਹੈ, ਇਹਨਾਂ ਦੇ ਕੰਡੇ ਵਿੱਚ ਅਸੀਂ ਚੁੱਕ ਰਹੇ ਹਾਂ, ਸਾਡੀ ਪਾਰਟੀ ਦੀ ਉਮਰ 12 ਸਾਲ ਹੈ, ਸਰਕਾਰ ਬਣੀ ਨੂੰ 2 ਸਾਲ ਹੋਏ, ਇਹਨਾਂ ਨੂੰ ਕਿ ਤੁਸੀਂ ਪੁਰਾਣਾ ਸਾਹਿਬ ਬਿਲਕੁਲ BJP ਕੋਲ ਇੱਕ ਮਿੰਟ ਅਕਾਲੀ BJP ਦੀ ਸਰਕਾਰ ਰਹੀ ਹੈ, ਉਹਨਾਂ ਨੇ ਤੁਹਾਡੇ 'ਤੇ ਵੀ ਇਲਜ਼ਾਮ ਲਾਏ ਆ,
ਬੀਜੇਪੀ ਅਕਾਲੀ ਦੀ ਸਰਕਾਰ ਸਮੇਂ ਕਿਹੜਾ ਕੰਮ ਹੋਇਆ ਜਿਹਨੂੰ ਲੋਕ ਵੋਟ ਦੇਣਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਵੀਰ ਸਾਡੇ ਕਾਂਗਰਸੀ ਆਏ ਨੇ ਸਾਹਮਣੇ ਆਮ ਆਦਮੀ ਪਾਰਟੀ ਦੇ ਖੜੇ ਨੇ, ਅੱਜ ਇਹ ਇੱਕ ਦੂਜੇ ਦੇ ਖਿਲਾਫ਼ ਬੋਲ ਰਹੇ ਆ ਪੰਜਾਬ ਦੇ ਵਿੱਚ। ਸੈਂਟਰ 'ਚ ਕਹਿੰਦੇ ਅਸੀਂ ਅਲਾਇੰਸ ਕਰ ਰਹੇ ਹਾਂ ਇੰਡੀਆ ਦਾ, ਇਹ ਕਮਾਲ ਦੀ ਗੱਲ ਆ ਜੀ। ਉੱਥੇ ਇਲੂ ਇਲੂ ਇੱਥੇ ਇੱਕ ਦੂਜੇ ਦਾ ਵਿਰੋਧ ਕਰਦੇ ਆ। ਮੈਨੂੰ ਐਂ ਦੱਸੋ ਵੀ ਸਰਕਾਰ ਕਿਹੜੇ ਤਰੀਕੇ ਨਾਲ ਚਲਾਉਣਗੇ, ਸਰਕਾਰ ਕਿਹੜੇ ਤਰੀਕੇ ਨਾਲ ਚਲਾਉਣਗੇ? ਇਹ ਕਹਿੰਦਾ ਸਾਡਾ ਪੈਸਾ ਪੰਜਾਬ ਨੂੰ ਜਿਹੜਾ ਬਕਾਇਆ ਕਰਜ਼ਾ ਉਹ ਨਹੀਂ ਦਿੱਤਾ ਜਿਹੜਾ ਹੈਗਾ। ਬਾਕੀ ਜੇ ਇਹਨਾਂ ਦੀ ਜੇ ਇਹਨਾਂ ਪੰਜਾਬ ਜੇ ਇਹਨੇ ਪੰਜਾਬ ਹਤੈਸ਼ੀ ਹੈ ਤੇ ਇਹਨਾਂ ਨੂੰ ਪਿੰਡਾਂ 'ਚ ਕੋਈ ਵੜ ਨਹੀਂ ਦਿੰਦਾ, ਪਿੰਡਾਂ 'ਚ ਕੋਈ ਵੜ ਕੇ ਦਿਖਾਉਣ, ਪਿੰਡਾਂ 'ਚ ਸ਼ਹਿਰ 'ਚ ਦਿਖਾਵੇ, ਪਿੰਡਾਂ 'ਚ ਵੜਨ ਦਿੱਤਾ ਜਾਂਦਾ ਕਹਿੰਦਾ ਬੀਜੇਪੀ ਨੂੰ ਖਾਸ ਕਰਕੇ। ਸਾਡੇ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ 60 ਤੋਂ 65 ਹਜ਼ਾਰ ਕਰੋੜ ਰੁਪਇਆ ਲੋਨ ਲਿੱਤਾ। ਤੁਸੀਂ ਇਹ ਇੱਕ ਕਹਿੰਦੇ 8500 ਕਰੋੜ ਰੁਪਇਆ ਸਾਨੂੰ ਬੀਜੇਪੀ ਨਹੀਂ ਦੇ ਰਹੀ, 60000 ਕਰੋੜ ਦਾ ਹਿਸਾਬ ਕਹਿ ਰਹੇ ਜੀ। ਉਹ ਨਹੀਂ, ਉਹ ਕਹਿੰਦੇ 12 ਦਿਨ ਪਹਿਲਾਂ ਚੋਣ ਜਾਤਾ ਲੱਗੀ ਹੋਈ ਹੈ, 25000 ਕਰੋੜ ਰੁਪਇਆ ਲੋਨ ਲਿੱਤਾ, ਜੋ ਕਿ ਕਿਸੇ ਵੀ ਵਿਕਾਸ ਕਰ ਰਹੇ ਸਾਰੇ ਕੰਮ ਰੁਕ ਜਾਂਦੇ ਆ। ਉਹ 25000 ਕਰੋੜ ਕਾਹਦੇ ਵਾਸਤੇ ਲਿੱਤਾ? ਐਡ ਵਾਸਤੇ ਲਿੱਤਾ, ਸਾਰੇ ਦੇਸ਼ 'ਚ ਐਡ ਕਰਨੀ ਹੈ, ਜਿਹੜੇ 2.5 ਸਾਲਾਂ 'ਚ ਕੰਮ ਕਰੀ ਉਹ ਐਡ ਹੀ ਕਰੀ ਜਾਂਦੇ ਆ ਵਿੱਚ ਆਮ ਪਬਲਿਕ। ਹਾਂਜੀ, ਜਿਹੜੇ ਜੋ ਤੇਰਾ ਡਰਾਮੇਬਾਜ਼ੀ ਕਰਦੇ ਆਪ ਵਾਲੇ ਤੇ ਬੀਜੇਪੀ ਵਾਲੇ, ਇਹਨਾਂ ਸ਼ਹਿਰ ਵਿੱਚ ਵੀ ਵਿਰੋਧ ਹੋ ਰਿਹਾ ਤੇ ਪਿੰਡਾਂ ਵਿੱਚ ਵੀ ਵਿਰੋਧ ਹੋ ਰਿਹਾ ਦੋਨਾਂ ਪਾਰਟੀਆਂ ਦਾ। ਉਹ ਹਾਂ, ਕਹਿੰਦੇ ਕੋਸਾ ਕਰਦੇ ਕੋਸਾ, ਹਰਿਆਣੇ ਦੇ ਪੁਲਿਸ ਨੇ ਪੰਜਾਬ ਦਾ ਮੁੰਡਾ ਖਸਾਣ ਮਾਰਤਾ ਪੰਜਾਬ ਦੀ ਧਰਤੀ ਤੇ ਆ ਕੇ, ਉਹਦੀ ਇਨਕੁਆਇਰੀ ਨਹੀਂ ਹੋਣੀ, ਪਰਚਾ ਨਹੀਂ ਹੋਣਾ ਚਾਹੀਦਾ। ਪਰਚਾ ਕਿਹੜੀ ਸਰਕਾਰ ਕਰੇਗੀ ਪੰਜਾਬ ਕੇ ਦਿਨ? ਪੰਜਾਬ ਸਰਕਾਰ ਮੋਦੀ ਨੂੰ ਕਹਿਣਾ ਜੀ ਭਗਵੰਤ ਮਾਨ। ਬਿਲਕੁਲ, ਪੰਜਾਬ ਸਰਕਾਰ ਤੋਂ ਸਵਾਲ ਪਹਿਲਾਂ, ਦੂਜਾ ਫਿਰ ਬਿਲਕੁਲ ਕੀ ਕਹਿਣਾ ਚਾਹੁੰਦੇ ਬਾਈ? ਕਹਿੰਦਾ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਨੌਜਵਾਨ ਦੀ ਮੌਤ ਹੁੰਦੀ ਹੈ, ਪਰ ਪਰਚਾ ਨਹੀਂ ਹੁੰਦਾ, ਕੀ ਗੱਲ? ਹਰਿਆਣਾ ਦੀ ਪੁਲਿਸ ਨੇ ਮਾਰਾ ਹੋਵੇ, ਪੰਜਾਬ ਦੀ ਹੱਦ ਤੇ ਮਾਰਤਾ ਹੋਵੇ, ਬੀਜੇਪੀ ਨੇ ਕਰਿਆ ਸਾਰਾ ਕੁਝ, ਇਹੀ ਦੋਸ਼ ਪੰਜਾਬ ਵਿੱਚ ਪਰਚਾ ਕਿਉਂ ਨਹੀਂ ਹੋਇਆ? ਪੰਜਾਬ ਵਿੱਚ ਪਰਚਾ ਨਹੀਂ ਹੋਇਆ ਕਦੇ? ਯਾਰ ਹੋਈ ਹੈ ਜੀ, ਹਲੇ ਅਣਪਛਾਤਾ ਅਣਪਛਾਤਾ ਹੋਈ ਹੈ, ਬੰਦਾ ਸਰਿਆਮ ਬੜਾ ਅਣਪਛਾਤਾ ਹੋ ਗਿਆ ਬਾਈ। ਇੰਨੀ ਸਲਾਹ ਹਜੇ ਲਈ ਜਾ ਰਹੀ ਹੈ, ਜਿਹੜੇ ਵੀ ਦੋਸ਼ੀ ਹੋਏ ਹਰਿਆਣੇ ਦੀ ਪੁਲਿਸ ਦਾ ਹੀ ਪਰਚਾ ਹੋਊਗਾ। ਹਾਂਜੀ, ਬੀਜੇਪੀ ਬੀਜੇਪੀ ਜਿਹੜੀ ਕਾਨੂੰਨੀ ਅਸੀਂ ਸਵਾਲ ਪੁੱਛਦੇ ਹਾਂ ਇਹਨਾਂ ਤੋਂ, ਇਹ ਭ੍ਰਿਸ਼ਟਾਚਾਰ ਦੀ ਗੱਲ ਕਰਦੇ, ਅਸੀਂ ਭ੍ਰਿਸ਼ਟਾਚਾਰ ਤੇ ਨਕੇਲ ਪਾਈ ਇਹਨੇ ਦੋ ਸਿਰਫ ਗੱਲ ਉੱਥੇ ਜਿਹੜੀ ਫਿਲਹਾਲ ਜਿਹੜਾ ਸ਼ੁਭਕਰਨ ਦੀ ਗੋਲੀਕਾਂਡ ਵਾਲੀ, ਜਿਹੜੇ ਸ਼ੁਭਕਰਨ ਦੇ ਗੋਲੀਕਾਂਡ ਹੋਏ, ਕੇਂਦਰ ਸਰਕਾਰ ਨੇ ਵੀ ਉਹਨੂੰ ਸੀਰੀਅਸ ਲਿਆ ਕਿ ਉਸ ਤੇ ਇਨਕੁਆਇਰੀ ਬਿਠਾਈ ਹੈ ਕਿ ਉਸ ਤੇ ਦੋਸ਼ੀਆਂ ਤੇ ਕਾਰਵਾਈ ਹੋਵੇ, ਕੋਈ ਵੀ ਦੋਸ਼ੀ ਹੋਵੇ ਉਸ ਤੇ ਕਾਰਵਾਈ ਹੋਏਗੀ। ਜੈਤੋ ਮੰਡੀ 'ਚ ਇੱਕ ਵੀ ਹਸਪਤਾਲ ਡਾਕਟਰ ਨਹੀਂ? ਜੈਤੋ ਪਹਿਲੀ ਗੱਲ ਤਾਂ ਸਾਰੇ ਹੋਣਗੇ, ਤੁਸੀਂ ਬਠਿੰਡੇ ਦੀ ਇੱਥੇ ਆਪਾਂ ਦੇਖ ਲੈਂਦੇ, ਜੈਤੋ ਮੰਡੀ ਦੀ ਕਹਿੰਦੇ ਇੱਕ ਵੀ ਡਾਕਟਰ ਨਹੀਂ? ਜੈਤੋ ਵੀ ਸਾਰੇ ਹੋਣਗੇ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਡਾਕਟਰ ਸਾਰੇ ਹੀ ਹੈਗੇ ਹਸਪਤਾਲਾਂ 'ਚ, ਦਵਾਈਆਂ ਵੀ ਬਿਲਕੁਲ ਫ੍ਰੀ ਆ ਰਹੀਆਂ। ਅਸੀਂ ਜਨਤਾ ਦੀ ਆਵਾਜ਼ ਦੇ ਵਿੱਚ ਜਨਤਾ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਅੱਜ ਅਸੀਂ ਪਹੁੰਚੇ ਆ ਭਾਈ ਕਾਨ ਸਿੰਘ ਨਾਭਾ ਦੀ ਇਤਿਹਾਸਿਕ ਨਗਰੀ ਵਿਖੇ, ਜਿੱਥੇ ਕਿ ਲੋਕਾਂ ਦੇ ਨਾਲ ਲੋਕਾਂ ਦੇ ਮੁੱਦੇ ਦੇ ਉੱਪਰ ਗੱਲਬਾਤ ਹੋਵੇਗੀ। ਇੱਥੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਨੇ, ਆਮ ਲੋਕਾਂ ਨਾਲ ਗੱਲ ਕਰਾਂਗੇ, ਵੋਟਰਾਂ ਨਾਲ ਗੱਲ ਕਰਾਂਗੇ, ਵਿਦਿਆਰਥੀਆਂ ਨਾਲ ਗੱਲ ਕਰਾਂਗੇ, ਵੱਖ ਵੱਖ ਮੁੱਦਿਆਂ ਦੇ ਉੱਪਰ ਜਿਹੜੀ ਲੋਕਾਂ ਦੀ ਚਰਚਾ ਕਰਾਂਗੇ, ਸਵਾਲ ਜਵਾਬ ਵੀ ਕੀਤੇ ਜਾਣਗੇ। ਤੁਹਾਡੀ ਕਾਂਗਰਸ ਪਾਰਟੀ ਦੀ ਲੰਬਾ ਸਮਾਂ ਸਰਕਾਰ ਰਹੀ ਹੈ, ਸੱਤਾ ਧਿਰ ਹੁਣ ਆਮ ਆਦਮੀ ਪਾਰਟੀ ਹੈ, ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਸੱਤਾ ਧਿਰ ਨੇ ਕੀਤਾ, ਜਾਂ ਇਹੋ ਜਿਹੇ ਕਿਹੜੇ ਕੰਮ ਨੇ ਕਿ ਜਿਹੜੇ ਹੋਣ ਵਾਲੇ ਸੱਤਾ ਧਿਰ ਨਹੀਂ ਕਰ ਸਕੇ? ਸਾਡੇ ਲਵੇ ਤਾਂ ਗਣਾਉਣ ਵਾਸਤੇ ਇੰਨਾ ਕੁਛ ਹੈ ਕਿ ਸੱਤਾਧਾਰੀ ਧਿਰ ਤੋਂ ਸੁਣਿਆ ਨਹੀਂ ਜਾਣਾ, ਚਾਹੇ ਉਹ ਸਕੂਲਾਂ ਦੀ ਗੱਲ ਕਰ ਲਈਏ, ਚਾਹੇ ਮੈਡੀਕਲ ਲਾਈਨ ਦੀ ਗੱਲ ਕਰ ਲਈਏ, ਅਤੇ ਚਾਹੇ ਸਾਡੇ ਪੁਰਾਣੇ ਕਾਂਗਰਸ ਸਮੇਂ ਦੀ ਸਰਕਾਰ ਦੇ ਤੋਰੇ ਹੋਏ ਕੰਮਾਂ ਦੀ ਗੱਲ ਕਰ ਲਈਏ, ਜਿਹੜੇ ਕਿ ਸੱਤਾਧਾਰੀ ਧਿਰ ਤੋਂ ਹਾਲੇ ਤੱਕ ਪੂਰੇ ਹੀ ਨਹੀਂ ਕਰੇ ਗਏ। ਉਹਦੇ ਇੱਕ ਮੇਨ ਕੰਮ ਕੋਈ ਵੱਡਾ ਜਿਹੜਾ ਸੱਤਾਧਿਰ ਨੇ ਕਰਨਾ ਸੀ, ਵਾਅਦਾ ਕੀਤਾ ਸੀ, ਪੂਰਾ ਨਹੀਂ ਹੋਇਆ? ਦੇਖੋ ਜੀ, ਹਾਲੇ ਤੱਕ ਤਾਂ ਇਹਨਾਂ ਤੋਂ ਸਾਡਾ ਵਾਟਰ ਟ੍ਰੀਟਮੈਂਟ ਪਲਾਂਟ ਹੀ ਨਹੀਂ ਹਲੇ ਪੂਰਾ ਚਲਾਇਆ ਗਿਆ ਜਿਹੜਾ ਕਾਂਗਰਸ ਦੀ ਸਰਕਾਰ ਦੇ ਵਿੱਚ ਚੱਲਿਆ ਸੀਗਾ, ਅਤੇ ਹਲੇ ਜੱਚਾ ਬੱਚਾ ਕੇਂਦਰ ਦਾ ਕੰਮ ਚੱਲੀ ਜਾਂਦਾ, ਹਲੇ ਜਿਹੜਾ ਸਰਕਾਰੀ ਹੌਸਪੀਟਲ ਦੇ ਵਿੱਚ ਉਹ ਵੀ ਸਾਡੀ ਕਾਂਗਰਸ ਦੀ ਦੇਣ ਹੈ ਜੇ, ਅਤੇ ਭਾਰਸੋਂ ਏਰੀਏ ਦੇ ਵਿੱਚ ਲਾ ਲਈਏ ਸਾਡਾ ਬੱਸ ਸਟੈਂਡ ਹੋ ਗਿਆ ਜਿਹੜਾ ਕਿ ਕਾਂਗਰਸ ਸਮੇਂ ਪਾਸ ਹੋਇਆ ਹੋਇਆ, ਅਤੇ ਕੋ ਐਜੂਕੇਸ਼ਨ ਕਾਲਜ ਲਾ ਲਈਏ ਜਿਹੜਾ ਪਾਸ ਹੋਇਆ ਹੋਇਆ, ਅਤੇ ਨਾਭੇ ਦੇ ਵਿੱਚ ਬੱਸ ਸਟੈਂਡ ਜਿਹੜਾ ਪਾਸ ਹੋਇਆ ਸੀਗਾ, ਹਲੇ ਤੱਕ ਤਾਂ ਇਹੀ ਕੰਮ ਨਹੀਂ ਪੂਰੇ ਚੜ੍ਹੇ। ਦੂਜੇ ਪਾਸੇ ਕਾਂਗਰਸ ਵਾਲੇ ਕਹਿ ਰਹੇ ਨੇ ਕੋਈ ਵਿਕਾਸ ਨਹੀਂ ਕੀਤਾ, ਕੋਈ ਕਾਰਜ ਨਹੀਂ ਹੋਇਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਕਾਂਗਰਸ ਵਾਲੇ ਮੇਰੇ ਭਰਾ ਗੱਲ ਕਰਦੇ ਨੇ ਬੱਸ ਸਟੈਂਡ ਦੀ, 5 ਸਾਲ ਸਰਕਾਰ ਰਹੀ ਹੈ ਇਹਨਾਂ ਦੀ, ਤਕਰੀਬਨ ਲਾਸਟ 2-3 ਮਹੀਨੇ ਪਹਿਲਾਂ ਰਾਜਾ ਵੜਿੰਗ ਜੀ ਆਏ,
ਕਹਿੰਦੇ ਜੀ ਬੱਸ ਸਟੈਂਡ ਬਣਾਉਣਾ, ਉਰੇ ਅਸੀਂ ਪੈਸੇ ਪਾਉਣ ਲੱਗੇ ਹਾਂ। ਹਾਲੇ ਤੱਕ ਕੋਈ ਪੈਸਿਆਂ ਦਾ ਨਹੀਂ ਪਤਾ ਲੱਗਿਆ ਵੀ ਉਹ ਕਿੱਥੇ ਨੇ ਕਿੱਥੇ ਗਏ। ਹਾਂ ਇੰਨਾ ਜ਼ਰੂਰ ਪਤਾ ਵੀ ਬੱਸਾਂ ਦੀਆਂ ਬਾਡੀਆਂ ਲਵਾਉਣ ਲੱਗੇ, ਬਾਡੀਆਂ ਦੇ ਪੈਸੇ ਜ਼ਰੂਰ ਖਾ ਗਏ ਰਾਜਾ ਵੜਿੰਗ ਜੀ। ਇਹ ਸਾਰਿਆਂ ਨੂੰ ਪਤਾ ਵੀ ਕਿੰਨੀ ਕਰਪਸ਼ਨ ਹੋਈ ਹੈ ਕਾਂਗਰਸ 'ਚ, ਇਹ ਸਭ ਨੂੰ ਪਤਾ ਜੀ। ਇਹਨਾਂ ਨੂੰ ਪੁੱਛੋ ਬੱਸਾਂ ਦੀਆਂ ਬਾਡੀਆਂ ਵਾਲੇ ਪੈਸੇ ਕਿੱਥੇ ਨੇ, ਕਰਪਸ਼ਨ ਹੋਈ ਹੈ ਬਾਡੀਆਂ ਦੇ ਪੈਸੇ ਖਾ ਗਏ ਕਹਿੰਦੇ। ਦੇਖੋ ਜੀ ਜਿਹੜੀ ਇਹਨਾਂ ਲਵੇ ਪਤਾ ਨਹੀਂ, ਆਮ ਆਦਮੀ ਪਾਰਟੀ ਅਤੇ ਬੀਜੇਪੀ ਲਵੇ ਐਸਾ ਕੀ ਮੰਤਰ ਹੈ, ਜਦੋਂ ਇਹਨਾਂ ਨੇ ਕੋਈ ਬੰਦਾ ਸ਼ਾਮਿਲ ਕਰਨਾ ਹੁੰਦਾ ਕਦੇ ਤਾਂ ਇਹ ਬਾਡੀਆਂ 'ਤੇ ਆ ਜਾਂਦੇ ਆ, ਕਦੇ ਕਿਸੇ ਹੁਣ ਗੋਲਡੀ 'ਤੇ ਕਹਿੰਦੇ ਅਤੇ ਕਹਿੰਦੇ ਇੱਟਾਂ ਦੀਆਂ ਫੈਕਟਰੀਆਂ ਲਾ ਲਈਆਂ ਉਹਨਾਂ ਨੇ, ਕਰਪਸ਼ਨ ਕਰਤੀ ਧੂਰੀ ਤੋਂ। ਚੱਬੇਵਾਲ ਨੂੰ ਕਹਿੰਦੇ ਸੀ ਜਦੋਂ ਬਾਹਮ ਮਰੋੜ ਕੇ ਵਿਜੀਲੈਂਸ ਰਾਹੀਂ ਉਹਨਾਂ ਨੂੰ ਲੈ ਜਾਂਦੇ ਆਪਣੀ ਪਾਰਟੀ ਦੇ ਵਿੱਚ, ਉਦੋਂ ਕਿਹੜਾ ਦੁੱਧ ਧੋਤੇ ਹੋ ਜਾਂਦੇ ਆ। ਜਦੋਂ ਈਡੀ ਵਾਲੇ ਮਰੋੜ ਕੇ ਲੈ ਜਾਂਦੇ ਆ ਰਮਨੀਤ ਬਿੱਟੂ ਵਰਗੇ ਨੂੰ, ਉਦੋਂ ਕਿਹੜਾ ਦੁੱਧ ਧੋਤੇ ਹੋ ਜਾਂਦੇ ਆ। ਹੁਣ ਬੰਦਾ ਤਾਂ ਉਹੀ ਹੁੰਦਾ, ਉਦੋਂ ਕਰਪਸ਼ਨ ਦੇ ਚਾਰਜ ਕਿੱਧਰ ਜਾਂਦੇ ਆ। ਅਗਰ ਵਿਜੀਲੈਂਸ ਦਾ ਸਹਾਰਾ ਲਿਆ ਹੁੰਦਾ ਜੀ, ਮੈਂ ਮੇਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਤਾਂ ਸਾਧੂ ਸਿੰਘ ਧਰਮਸੋਤ ਵੀ ਆਮ ਆਦਮੀ ਪਾਰਟੀ 'ਚ ਹੁੰਦੇ, ਵਿਜੀਲੈਂਸ ਦਾ ਸਹਾਰਾ ਲਿਆ ਹੁੰਦਾ ਤਾਂ ਆਸ਼ੂ ਵੀ ਆਮ ਆਦਮੀ ਪਾਰਟੀ 'ਚ ਹੁੰਦਾ। ਬਿਲਕੁਲ ਇਹ ਬੇਬੁਨਿਆਦ ਗੱਲਾਂ ਨੇ ਜੀ। ਦੂਜੀ ਮੇਰੇ ਭਰਾ ਨੇ ਗੱਲ ਕਰੀ ਹੈ NDPS ਦਾ, ਇਹਨਾਂ ਦੀ ਮੈਂ ਜਾਣਕਾਰੀ 'ਚ ਵਾਧਾ ਕਰਾਂ, ਉਹ ਅਕਾਲੀ ਦਲ ਦੇ ਟਾਈਮ ਦਾ ਪਰਚਾ ਹੋਇਆ ਵਾ ਜੀ। ਹੁਣ ਸਾਡੀ ਆਮ ਆਦਮੀ ਪਾਰਟੀ ਕਦੇ ਵੀ ਕੋਈ ਪਰਚਿਆਂ ਦੀ, ਕਦੇ ਵੀ ਕੋਈ ਗੁੰਡਾਗਰਦੀ ਵਾਲੀ ਰਾਜਨੀਤੀ ਨਹੀਂ ਕਰਦੀ। ਪਹਿਲਾਂ ਦਾ ਉਹ ਪਰਚਾ ਹੋਇਆ ਵਾ, ਉਹੀ ਪ੍ਰੋਸੈਸ ਰਾਹੀਂ ਚੱਲ ਰਿਹਾ ਜੀ। ਜਿਹੜੇ ਡਾਕਟਰ ਧਰਮਵੀਰ ਗਾਂਧੀ ਜੀ ਨੇ ਸਾਡੇ ਕੈਂਡੀਡੇਟ ਨੇ, ਪਹਿਲੀ ਗੱਲ ਤਾਂ ਇਹ ਸਾਰੇ ਪਟਿਆਲੇ ਜ਼ਿਲ੍ਹੇ ਨੂੰ ਪਤਾ ਹੈ ਵੀ ਉਹ ਬਿਲਕੁਲ ਫਰੀ ਆਫ ਕੋਸਟ ਇਲਾਜ ਵੀ ਕਰ ਦਿੰਦੇ ਨੇ ਜੇ ਕੋਈ ਗਰੀਬ ਜਾਂਦਾ, ਅਤੇ ਉਹਨਾਂ ਦੇ ਇਲਾਜ ਵਾਸਤੇ ਪੈਸੇ ਵੀ ਦਿੰਦੇ ਆ, ਟੈਸਟਾਂ ਵਾਸਤੇ ਵੀ ਦਿੰਦੇ ਆ, ਈਵਨ ਕਿ ਇੱਥੋਂ ਤੱਕ ਕਿਰਾਇਆ ਵੀ ਦੇ ਦਿੰਦੇ ਆ ਉਹ। ਅਤੇ ਉਸ ਤੋਂ ਬਾਅਦ ਜੇ ਕਰੀ ਆਪਾਂ ਡਾਕਟਰ ਧਰਮਵੀਰ ਗਾਂਧੀ ਦੇ ਜਿਹੜੇ ਪਿਛਲੇ ਫੰਡ ਨੇ, ਉਹਨਾਂ ਨੇ ਸਾਰੇ ਸਕੂਲਾਂ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਇੱਕ ਵੀ ਸਕੂਲ ਨਹੀਂ ਹੈ ਜਿਹਦੇ ਤੱਪੜ ਦੇ ਉੱਪਰ ਬੱਚੇ ਬੈਠਦੇ ਨੇ। ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰੀ ਆ, ਆਪਾਂ ਸਭ ਤੋਂ ਵੱਧ ਜਾਣਦੇ ਨੇ, ਕਹਿੰਦੇ ਬਹੁਤ ਮਿਹਨਤ ਕਰੀ ਆ ਨਾਗਾ ਦੇ ਵਿੱਚ। ਪੂਰੀ ਹੋ ਲੈਣ ਦਿਓ ਜੀ, ਡਾਕਟਰ ਗਾਂਧੀ ਦਾ ਅਮਰੀਤ ਸਵਾਲ ਪੂਰਾ ਹੋ ਜਾਂਦਾ, ਸਵਾਲ ਪੂਰਾ ਕਰ। ਉਹਨਾਂ ਨੇ ਸਾਰੇ ਸਕੂਲਾਂ ਦੇ ਵਿੱਚ ਬੈਂਚ ਅਤੇ ਜਿਹੜਾ RO ਸਿਸਟਮ ਸੀਗਾ ਉਹ, ਅਤੇ ਨਾਭੇ ਦੇ ਬੱਸ ਸਟੈਂਡ ਦੇ ਵਿੱਚ 9,54,000 ਰੁਪਏ ਵਾਸਤੇ ਉਹਨਾਂ ਨੇ ਗ੍ਰਾਂਟ ਭੇਜੀ, ਉਹਦੇ ਵਿੱਚ ਪਖਾਨੇ ਵੀ ਸੀਗੇ, ਅਤੇ ਇੱਥੋਂ ਤੱਕ ਪਾਸਪੋਰਟ ਦਫ਼ਤਰ ਹੈ ਜਿਹੜਾ ਪਟਿਆਲੇ ਦਾ, ਉਹ ਵੀ ਡਾਕਟਰ ਆਮ ਆਦਮੀ ਪਾਰਟੀ ਦੀਆਂ ਗਣਾਈਆਂ ਜਾਣ ਜਾਂ ਕਾਂਗਰਸ ਪਾਰਟੀ ਡਾਕਟਰ। ਅਸੀਂ ਸਾਡੇ ਕੈਂਡੀਡੇਟ ਦੀ ਗੱਲ ਕਰ ਰਹੇ ਹਾਂ, ਡਾਕਟਰ ਧਰਮਵੀਰ ਗਾਂਧੀ ਕੇ ਜਿਹੜੇ ਕਿ ਮੌਜੂਦਾ ਆਮ ਆਦਮੀ ਪਾਰਟੀ ਸੀਗੇ ਉਹ। ਦੇਖੋ ਬੇਸ਼ੱਕ ਆਮ ਪਾਰਟੀ ਸੀਗੇ, ਫਿਰ ਇਹਨਾਂ ਤੋਂ ਰੱਖੇ ਕਿਉਂ ਨਹੀਂ ਗਿਆ ਜੇ ਇੰਨਾ ਸੀਗਾ। ਬਾਈ ਜੀ ਖੜੇ ਨੇ, ਬਾਈ ਜੀ ਕਹਿੰਦੇ ਡਾਕਟਰ ਗਾਂਧੀ ਨਾਲ ਬੜੀ ਮਿਹਨਤ ਕੀਤੀ ਇਹਨਾਂ ਨੇ ਬਾਈ, ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਨਾ ਮੈਂ ਇਹਨਾਂ ਦੀ ਬਹੁਤ ਕਵਰੇਜ ਕਰੀ ਆ ਬਾਈ, ਸਵਾਲ ਸੁਣਿਆ ਸੀ ਕੀ ਸਹੀ ਕਹਿ ਰਹੇ ਨੇ ਉਹ? ਦੇਖੋ ਮੈਨੂੰ ਖੁਸ਼ੀ ਆ ਆਪਣੇ ਕਾਂਗਰਸ ਵਾਲੇ ਭਰਾਵਾਂ ਨੇ ਪਰ ਪੁਰਾਣੇ ਭਾਈ ਨੇ ਕਿ ਡਾਕਟਰ ਗਾਂਧੀ ਦੀ ਤਾਰੀਫ ਕਰ ਰਹੇ, ਜਦ ਡਾਕਟਰ ਗਾਂਧੀ ਕਿਹੜੀ ਪਾਰਟੀ ਸੀ? ਆਮ ਆਦਮੀ ਪਾਰਟੀ ਤੋਂ ਜਿੱਤੇ ਦੀ ਬਾਅਦ ਆਜ਼ਾਦ ਤਾਂ ਜਿੱਤੇ ਨਹੀਂ, ਜੇ ਉਹਨਾਂ ਦੇ ਇੰਨੇ ਵਧੀਆ ਕੰਮ ਤੀ ਤਾਂ ਇੰਨਾ ਹੀ ਸ਼ਹਿਰ ਨੂੰ ਅਤੇ ਆਪਣੇ ਜ਼ਿਲ੍ਹੇ ਨੂੰ ਕੰਮ ਕੀਤੇ ਤੀ, ਪਿਛਲੀ ਵਾਰ ਕਿਉਂ ਹਾਰ ਗਏ? ਇਹ ਗੱਲ ਸੋਚਣ ਵਾਲੀ ਹੈ ਨਾ। ਤੇ ਬਾਕੀ ਰਹੀ ਗੱਲ ਲੋਕਲ ਕੰਮਾਂ ਦੀ, ਅੱਜ ਮੈਂ ਇੱਕ ਵੀਡੀਓ ਦੇਖੀ, ਇਹ ਤੁਸੀਂ ਭਾਜੀ ਮੁੱਕਰ ਰਹੇ ਹੋ ਵੀ ਉਹਨਾਂ ਨੇ ਕੰਮ ਨਹੀਂ ਕਰੇ? ਨਹੀਂ, ਜਿਹੜੀ ਪਾਰਟੀ ਦਾ ਜਿਤਾਇਆ ਸੀ ਮਹਾਰਾਣੀ ਪ੍ਰਨੀਤ ਕੌਰ ਉਹਦੇ ਕੰਮ ਕਰਾਓ ਨਾ ਪਿਛਲੇ ਪੰਜ ਸਾਲ। ਜਦੋਂ ਡਾਕਟਰ ਗਾਂਧੀ ਤੁਹਾਡੀ ਪਾਰਟੀ ਚੋਂ ਜਿੱਤ ਕੇ 5 ਸਾਲ ਕੰਮ ਕਰੂਗਾ, ਅਗਲੀ ਵਾਰ ਕਢਾਓ। ਅੱਜ ਤਾਂ ਪ੍ਰਨੀਤ ਕੌਰ ਦੇ ਕੰਮ ਕਢਾਓ। ਕੀ ਪ੍ਰਨੀਤ ਕੌਰ ਇੱਕ ਵਾਰ ਵੀ ਨਾਭੇ 'ਚ ਆਈ? ਕਦੇ ਅੱਜ ਤੱਕ ਉਹਨੇ ਕੋਈ ਕੰਮ ਕਰਾਇਆ? ਰੋਡ ਸ਼ੋਅ ਕੀਤਾ, ਕਹਿੰਦੇ ਅੱਜ ਰੋਡ ਸ਼ੋਅ ਕਰਾਈ, ਕਹਿੰਦਾ ਕੱਲ ਕਰਕੇ ਗਏ। ਰੋਡ ਸ਼ੋਅ ਹੀ ਹੈ ਉਹਦੀ ਦੇਣ। ਹੁਣ ਆ ਗਈ, ਹੁਣ ਗੇਟ ਦਰਵਾਜ਼ੇ ਖੁੱਲ੍ਹ ਗਏ। ਖੁਦ ਕਾਂਗਰਸੀ ਵੀ ਜਾਣਦੇ ਨੇ ਕਿ ਮਹਾਰਾਣੀ ਪ੍ਰਨੀਤ ਕੌਰ ਜਿੱਤਣ ਤੋਂ ਬਾਅਦ ਕਦੇ ਮੁੜ ਕੇ ਗੇਟ ਨਹੀਂ ਖੁੱਲ੍ਹਦੇ। ਮੈਂ ਤਾਂ 5 ਸਾਲ ਦੇ ਜਿਹੜੇ ਪਿਛਲੇ ਕੰਮ ਨੇ ਮਹਾਰਾਣੀ ਦੇ, ਪਹਿਲਾਂ ਉਹ ਦੱਸੋ। ਮੈਨੂੰ ਇੱਕ ਗੱਲ ਦੱਸੋ, ਸਾਡੇ ਵਾਲੇ ਦਾ ਹੋ ਗਿਆ ਕਰਪਟ, ਇਹ ਕਹਿੰਦੇ ਆ ਇਹਨਾਂ ਦੇ ਕਹਿਣ ਮੁਤਾਬਕ। ਜਦੋਂ ਕੇਜਰੀਵਾਲ ਨੂੰ ਚੱਕਿਆ ਸੀ ਉੱਥੇ ਜਾ ਕੇ ਰੋਂਦੇ ਕਾਹਤੋਂ ਤੇ ਉਹ ਸੱਚੇ ਹੋ ਗਏ। ਸਾਫ਼ ਤੋਂ ਸਾਫ਼ ਕੇਜਰੀਵਾਲ ਨੇ ਕਿਹਾ 100 ਕਰੋੜ ਦਾ
ਮਹਿਸੂਸ ਹੋ ਰਿਹਾ ਸਾਫ ਸ਼ਰਿਆਮ ਤੱਕ ਹੈ ਜੀ ਸਬੂਤ ਦਾ ਸਬੂਤਾਂ ਦਾ ਸਾਬਤ ਹੋ ਰਿਹਾ ਇਹ ਗਿਆ ਤੇ ਨੰਬਰ 2 ਤੇ ਕੇਜਰੀਵਾਲ ਮੇਰੀ ਗੱਲ ਪੂਰੀ ਹੋਣ ਦੋ ਗੱਲ ਪੂਰੀ ਹੋਣ ਦੋ ਇਹ ਕੇਜਰੀਵਾਲ ਜੇ ਸਾਡੇ ਵਾਲੇ ਸਹੀ ਨੇ ਸਾਡੇ ਵਾਲੇ ਨੂੰ ਜ਼ਮਾਨਤ ਹੀ ਮਿਲਦੀ ਨੇ ਇਹਨਾਂ ਨੂੰ ਮਨੀਸ਼ ਸੋਧੀ ਨੂੰ ਜ਼ਮਾਨਤ ਮਿਲੀ ਉਦੋਂ ਪਹਿਲਾਂ ਜੈਨ ਨੂੰ ਜ਼ਮਾਨਤ ਮਿਲੀ ਉਹਦਾ ਸੁਪਰੀਮ ਕੋਰਟ ਤੱਕ ਤੋਂ ਫੇਲ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਤਾਂ ਨਹੀਂ ਮਿਲੀ ਕਿਉਂਕਿ ਬੀਜੇਪੀ ਡਰਦੀ ਹੈ ਬੀਜੇਪੀ ਡਰਦੀ ਹੈ ਇੱਕ ਗੱਲ ਹੋਰ 100 ਕਰੋੜ ਦਾ ਸਾਬਤ ਹੈ ਇੱਕ ਗੱਲ ਹੋਰ ਇਹਨਾਂ ਨੇ ਤੁਸੀਂ ਕਿਹਾ ਵੀ ਤੁਹਾਡੇ ਵਾਲੇ ਦੀ ਜ਼ਮਾਨਤ ਹੋ ਗਈ ਠੀਕ ਹੈ ਕੇਜਰੀਵਾਲ ਨੂੰ ਜੇ ਅੰਦਰ ਦੇਣਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਕਿਉਂ ਦਿੱਤਾ ਇਲੈਕਸ਼ਨ 'ਚ ਕਿਉਂ ਅੰਦਰ ਦਿੱਤਾ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਹੀ ਕਿਉਂ ਅੰਦਰ ਦਿੱਤਾ ਵੀ ਚੁੱਪ ਕਰਾ ਦਈਏ ਉਹਨੂੰ ਪਹਿਲਾਂ ਕਹਤੋ ਭਗਵੰਤ ਮਾਨ ਨੇ ਕਿਹਾ ਸਾਡਾ ਐਲਓਪੀ ਦਾ ਲੀਡਰ ਨਿਰਦੋਸ਼ ਹੈ ਉਦੋਂ ਕੀ ਹੋ ਗਿਆ ਸੀ ਹੁਣ ਕਰਪਸ਼ਨ 'ਚ ਹੋ ਗਏ ਅੱਜ ਅਸੀਂ ਨਾਭਾ ਵਿਖੇ ਪਹੁੰਚੇ ਸੀ ਲੋਕਾਂ ਦੇ ਮੁੰਦੇ ਸੀ ਲੋਕਾਂ ਦੇ ਜਿਹੜੇ ਖਾਸ ਤੌਰ 'ਤੇ ਲੋਕਾਂ ਦੇ ਨਾਲ ਜੁੜੇ ਹੋਏ ਮੁੰਦੇ ਹੁੰਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਦੂਸ਼ਣਬਾਜ਼ੀ ਵੀ ਹੋਈ ਹੈ ਬਹਿਸਬਾਜ਼ੀ ਵੀ ਹੋਈ ਹੈ ਮੁੱਦੇ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਗਈ ਹੈ ਪੂਰਾ ਨਿਚੋੜ ਕੀ ਨਿਕਲਿਆ ਦੇਖਦੇ ਰਹੋ ਜਨਤਾ ਦੀ ਆਵਾਜ਼।